ਆਓ ਸਾਧ ਸੰਗਤ ਜੀ, ਦਰਗਾਹੀ ਪ੍ਰਸ਼ਾਦ ਦਾ ਸਮਾਂ ਹੈ। ਗੁਰੂ ਸਾਹਿਬ ਦਾ ਹੁਕਮਨਾਮਾ ਆਇਆ ਹੈ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਦ ਦੂਖ ਨ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੇ, ਇਹ ਯਤਨ ਕਾੜ ਕਲ ਕਾਲ। ਸਾਧੂ ਸੰਗਤ ਵਿੱਚ ਜਾਣ ਦਾ ਹੁਕਮ ਆਇਆ ਗੁਰੂ ਸਾਹਿਬ ਦਾ ਕਿ ਸਾਧੂ ਦੀ ਸੰਗਤ ਕਰੋ, ਭੋਰ ਬਿਨਾਂ ਕੈਸੇ ਅਸਵਾਰ, ਸਾਧੂ ਬਿਨ ਨਹੀਂ ਦਰਬਾਰ। ਦਰਬਾਰ ਮਹਾਂਪੁਰਸ਼ਾਂ ਦੇ ਨਾਲ ਹੀ ਸੋਭਦੇ ਆ। ਸਤਿਗੁਰਾਂ ਦਾ ਪ੍ਰਤਾਪ ਹੈ, ਇਹ ਦਰਬਾਰ ਬਾਬਾ ਨੰਦ ਸਿੰਘ ਜੀ ਨਾਲ ਸੋਭਦਾ ਹੈ, ਧੰਨ ਬਾਬਾ ਈਸ਼ਰ ਸਿੰਘ ਜੀ ਨਾਲ ਅਤੇ ਉਹਨਾਂ ਦੇ ਵਰਸ ਆਏ ਹੋਏ ਮਹਾਂਪੁਰਸ਼ਾਂ ਦੇ ਨਾਲ। ਉਹਨਾਂ ਦੇ ਨਾਲ ਹੀ ਇਹ ਦਰਬਾਰ ਸੋਭਾ ਦਿੰਦਾ ਹੈ। ਸਾਰੀ ਭਾਈ ਸਾਰੀ ਸੰਗਤ ਸਾਵਧਾਨ ਹੋ ਕੇ ਆਓ, ਆਪਾਂ ਹਾਜ਼ਰੀਆਂ ਭਰ ਲਈਏ। ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ, 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 ਸੋਭਾ ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸਾਰੇ ਪੜੀ ਜਾਵੋ ਸੁਣ ਕੇ ਆਇਆ। ਉੱਚਾ
ਚਰਨ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪ੍ਰੇਤ ਮੁਗਧ ਕੋ ਤਾਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਵਾਹਣ ਪਾਰੇ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਵਾਹਣ ਪਾਰੇ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਚਾਦਰ ਬਾਬੇ ਨਾਨਕ ਦਾ, ਨਾਨਕ ਦਾਸ ਤੇਰੀ ਸਰਣਾਈ, ਨਾਨਕ ਦਾਸ ਤੇਰੀ ਸਰਣਾਈ, ਨਾਨਕ ਦਾਸ ਤੇਰੀ ਸਰਣਾਈ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ ਉਚਾਦਰ ਬਾਬੇ ਨਾਨਕ ਦਾ, ਉਚਾਦਰ ਬਾਬੇ ਨਾਨਕ ਦਾ, ਸਦਾ ਸਦਾ ਬਲਿਹਾਰੇ ਉਚਾਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚੇ ਅਪਾਰ ਬੇਅੰਤ ਸਵਾਮੀ, ਉੱਚੇ ਪਾਰ ਬੇਅੰਤ ਸਵਾਮੀ, ਉੱਚੇ ਪਾਰ ਬੇਅੰਤ ਸਵਾਮੀ, ਉੱਚੇ ਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ, ਵਾਹਣ ਪਾਰੀ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਨਾਨਕ ਦਾਸ
ਦਾਸ ਤੇਰੀ ਸਰਨਾਈ, ਨਾਨਕ ਦਾਸ ਤੇਰੀ ਸਰਨਾਈ, ਨਾਨਕ ਦਾਸ ਤੇਰੀ ਸਰਨਾਈ, ਸਾਰੇ ਬੋਲੋ ਉਸ ਦਾਸ ਦਾ ਬਲਿਹਾਰੇ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਜੋ ਕੁਝ ਵਰਤਦਾ ਏ ਦਿਸਦਾ ਏ, ਪਰ ਰੱਬ ਦੇ ਘਰ ਵਿੱਚ ਜੋ ਵਰਤਦਾ ਏ ਉਹ ਦਿਸਦਾ ਨਹੀਂ। ਕਿਤੇ ਭੁਲੇਖੇ 'ਚ ਨਾ ਰਹਿ ਜਿਓ, ਇਹ ਦਰਗਾਹੀ ਪ੍ਰਸ਼ਾਦ ਦਾ ਸਮਾਂ ਏ, ਇਹ ਦਰਗਾਹੀ ਦਾਤਾਂ ਮਿਲਣ ਦਾ ਸਮਾਂ ਏ, ਇਹ ਦਰਗਾਹੀ ਬਖਸ਼ਿਸ਼ਾਂ ਮਿਲਣ ਦਾ ਸਮਾਂ ਏ। ਜਿਹੜੇ ਕਹਿੰਦੇ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ, ਬਾਬਾ ਆਨੰਦ ਸਿੰਘ ਜੀ ਮਹਾਰਾਜ ਇਸ ਵੇਲੇ ਉਹਨਾਂ ਨੂੰ ਨਾਮ ਦੀਆਂ ਦਾਤਾਂ ਦਿੰਦੇ ਸੀ। ਸਾਧੂ ਤੋਂ ਨਾਮ ਦੀ ਦਾਤ ਮਿਲਦੀ ਹੈ ਗੁਰੂ ਨਾਨਕ ਦਾ ਘਰ ਏ। ਸਾਡੇ ਤੁਹਾਡੇ ਬਹਾਨੇ ਨੇ, ਵਰਤਾ ਦਾ ਆਪ ਹੀ ਗੁਰੂ ਨਾਨਕ ਸਾਹਿਬ ਰਹੇ ਨੇ, ਬਖਸ਼ਿਸ਼ ਵਰਤਾ ਰਹੇ ਨੇ। ਹੁਣ ਬੈਠੇ ਰਹਿਣਾ ਏ, ਸਾਵਧਾਨ ਹੋ ਜਾਓ, ਜਿਹੜੇ ਸੁੱਤੇ ਪਏ ਨੇ ਉੱਠ ਕੇ ਬੈਠ ਜਾਓ ਥੋੜ੍ਹਾ ਹੀ ਸਮਾਂ। ਉਸ ਤੋਂ ਬਾਅਦ ਫਿਰ ਕਵਿਤਾ ਵਾਲੇ ਗੁਰਮੁਖ ਪਿਆਰੇ ਹਾਜ਼ਰੀਆਂ ਲਾਉਣਗੇ, ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਵੇਗਾ। ਹੁਣ ਆਪਣਾ ਦਰਗਾਹੀ ਪ੍ਰਸ਼ਾਦ ਦਾ ਸਮਾਂ ਹੈ ਕਿ ਧੰਨ ਗੁਰੂ ਨਾਨਕ ਦੇ ਘਰ ਦੀਆਂ ਦਾਤਾਂ ਮੇਰਾ ਪਹਿਲੋਂ ਵੀ ਸਾਰੇ ਸੰਤ ਮਹਾਂਪੁਰਸ਼ਾਂ ਦੇ ਜਥੇ ਹਾਜ਼ਰੀਆਂ ਭਰ ਕੇ ਗਏ, ਭਾਈ ਧਰਮਿੰਦਰ ਸਿੰਘ ਜੀ, ਬਾਬਾ ਲੱਖਾ ਸੁਣਾ ਤੋਂ ਬਾਅਦ ਸਾਰੀ ਸੇਵਾ ਸੰਭਾਲ ਕਰਦੇ ਆ, ਉਹਨਾਂ ਨੇ ਬਾਬਾ ਸਮਾਂ ਲਾਇਆ ਹੈ। ਬਾਬਾ ਲੱਖਾ ਸਿੰਘ ਜੀ ਵੱਲੋਂ ਉਹਨਾਂ ਨੂੰ ਹੁਕਮ ਸੀ ਹਾਜ਼ਰੀ ਭਰਨ ਦਾ, ਬਾਬਾ ਘਾਲਾ ਸਿੰਘ ਜੀ ਵੱਲੋਂ ਗੁਰਮੁਖ ਪਿਆਰੇ ਹਾਜ਼ਰੀਆਂ ਭਰ ਕੇ ਗਏ ਨੇ। ਮਹਾਂਪੁਰਖਾਂ ਦਾ ਥੋੜ੍ਹਾ ਜਿਹਾ ਆਪਣਾ ਆਪਣੀ ਸੋਭਾ ਹੁੰਦੀ ਹੈ, ਸੇਵਾਦਾਰ ਫਿਰ ਉਹਨਾਂ ਦੀ ਡਿਊਟੀ ਵਜਾਉਂਦੇ ਆ। ਅੱਜ ਸਾਰਿਆਂ ਨੂੰ ਪਤਾ ਹੈ ਕਿ ਆਹ ਜਿਹੜੇ ਦਿਨ ਨੇ ਇਹ ਬੜੇ ਔਖੀ ਘਾਟੀ ਦੇ ਆ, ਅਤੇ ਪੰਥ ਅਤੇ ਗੁਰੂ ਦੇ ਸਿੱਖਾਂ ਦੇ ਗੁਰੂਆਂ 'ਤੇ ਬੜਾ ਇਹ ਔਖਾ ਸਮਾਂ ਆਇਆ ਹੈ। ਕਿਤੇ ਮਹਾਰਾਜ ਨੂੰ ਕੋਈ ਕਿਸੇ ਨੇ ਘਰੇ ਨਹੀਂ ਰੱਖਿਆ, ਜਵਾਬ ਦਿੰਦੇ ਗਏ, ਕਈਆਂ ਨੇ ਘੋੜੀ ਤੋਂ ਜਵਾਬ ਦੇ ਦਿੱਤਾ, ਕਈਆਂ ਨੇ ਕੁਝ ਆਖਿਆ, ਜਿਹੜੇ ਕਹਿੰਦੇ ਸੀ ਬਾਜਾਂ ਵਾਲੇ ਗੁਰੂਆ ਕਦੋਂ ਫੇਰਾ ਪਾਏਗਾ, ਕਦੋਂ ਆਏਗਾ, ਅਤੇ ਜਦੋਂ ਮਹਾਰਾਜ ਆਏ ਤਾਂ ਡਰਨ ਲੱਗੇ, ਇਹਨਾਂ ਮਗਰ ਫੌਜਾਂ ਲੱਗੀਆਂ, ਹੁਣ ਬਾਬਾ ਕਦੋਂ ਜਾਏਗਾ, ਕਿਤੇ ਅਸੀਂ ਪਰਿਵਾਰ ਨਾ ਮਾਰੇ ਜਾਈਏ। ਸਮਾਂ ਹੀ ਐਸਾ ਸੀ, ਗੁਰੂ ਸਾਹਿਬ ਦੀ ਲੀਲਾ ਨਿਆਰੀ ਸੀ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਭਾਗ ਸੀ ਆਨੰਦਪੁਰ ਵਿੱਚ, ਅਤੇ ਮਾਇਆ ਧਨ ਪਦਾਰਥ ਦੀ ਕਮੀ ਨਹੀਂ ਸੀ, ਪ੍ਰਸਾਦੀ ਹਾਥੀ ਦੇ, ਚੰਦਨ ਦੀਆਂ ਚੌਂਕੀਆਂ ਅਤੇ ਸੋਨੇ ਦੇ ਵਾਲਾਂ ਵਾਲੇ ਚੌਰ, ਬੜੇ ਬੜੇ ਕੀਮਤੀ ਤੋਹਫੇ ਸਨ। ਗੁਰੂ ਸਾਹਿਬ ਦੇ ਜਿੰਨਾ ਧਨ ਸੀ ਉਹ ਮਾਤਾ ਜੀ ਨੇ ਖੱਚਰ ਵਿੱਚ ਲੱਦਿਆ ਹੋਇਆ ਸੀ। ਉਹ ਜਿਹੜਾ ਧਨ ਏ ਗੁਰੂ ਸਾਹਿਬ ਦੀ ਲੀਲਾ ਦੇਖੋ, ਸਾਹਿਬਜ਼ਾਦਿਆਂ ਨੇ ਆਪਦੀ ਕੁਰਬਾਨੀ ਦੇਣ ਵਾਸਤੇ ਕੀਮਤ ਅਦਾ ਕੀਤੀ ਹੈ। ਆਖੋ ਸੀ ਜਿੰਨਾ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਦੇ ਘਰ ਦਾ
ਹੀਰੇ ਲਾਲ ਸੋਨਾ ਚਾਂਦੀ ਮੋਤੀ ਸੀ ਨਾ, ਉਹ ਸਾਰੇ ਦੇ ਕੇ ਗੁਰੂ ਸਾਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਹੈ ਭਾਈ। ਉਹਨਾਂ ਕੁਰਬਾਨੀ ਦੇਣ ਵਾਸਤੇ ਸਾਰੀ ਕੀਮਤ ਅਦਾ ਕੀਤੀ ਜਿੰਨਾ ਧਨ ਸੀ ਮਾਤਾ ਜੀ ਕੋਲ। ਫਿਰ ਟੋਡਰ ਮੱਲ ਨੇ ਸਾਰੀ ਕੀਮਤ ਦੇ ਕੇ ਉਹਨਾਂ ਦੇ ਸੰਸਕਾਰ ਵਾਸਤੇ ਧਰਤੀ ਖਰੀਦੀ ਹੈ ਟੋਡਰ ਮੱਲ ਨੇ, ਕਿਉਂਕਿ ਐਸੀਆਂ ਰੂਹਾਂ ਸੰਸਾਰ ਵਿੱਚ ਇੱਕ ਅੱਧੀ ਵਾਰ ਹੀ ਆਉਂਦੀਆਂ, ਵਾਰ ਵਾਰ ਨਹੀਂ ਆਉਂਦੀਆਂ। ਨਹੀਂ ਵਾਰ ਵਾਰ ਆਉਣਗੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਵਾਰ ਵਾਰ ਸਾਹਿਬਜ਼ਾਦੇ ਨਹੀਂ ਆਉਣਗੇ। ਉਹਨਾਂ ਦੇ ਆਉਣ ਦਾ ਸਮਾਂ ਹੀ ਹੁੰਦਾ ਹੈ, ਜਾਣ ਦਾ ਵੀ ਸਮਾਂ ਹੁੰਦਾ, ਅਤੇ ਸਾਡੀਆਂ ਯਾਦਾਂ ਅਸੀਂ ਕਰਦੇ ਹਾਂ ਗੁਰੂਆਂ ਦੀਆਂ, ਗੁਰੂਆਂ ਨੂੰ ਯਾਦ ਕਰਦੇ ਹਾਂ। ਸਾਰੀ ਰਾਤ ਅੱਜ ਜਥਿਆਂ ਨੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸਰਵਣ ਕਰਾਈਆਂ ਨੇ ਕਿ ਸਾਰੀ ਕੀਮਤ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਦੇ ਆਨੰਦਪੁਰ ਸਾਹਿਬ ਦੀ ਜੋ ਮਾਇਆ ਸੀ ਨਾ ਉਹ ਦੇ ਕੇ ਅਤੇ ਫਿਰ ਕੁਰਬਾਨੀ ਕੀਤੀ, ਕੀਮਤ ਦਿੱਤੀ ਹੈ ਕੁਰਬਾਨੀ ਦੇਣ ਦੀ। ਟੋਡਰ ਮੱਲ ਨੇ ਸਾਰੀ ਮਾਇਆ ਵਿਛਾ ਕੇ ਅਤੇ ਉਹ ਜਗ੍ਹਾ ਖਰੀਦੀ ਉਹਨਾਂ ਵਾਸਤੇ, ਉਹਨਾਂ ਘਰ ਦੀ ਸਾਰੀ ਮਾਇਆ ਲਾਈ ਸ਼ਹੀਦੀ ਵਾਸਤੇ, ਉਹਨਾਂ ਨੇ ਸਾਰੀ ਮਾਇਆ ਲਾਈ ਉਹਨਾਂ ਦੇ ਸੰਸਕਾਰ। ਮਹਿੰਗੀਆਂ ਚੀਜ਼ਾਂ ਸੀ, ਉਹ ਮਹਿੰਗੀਆਂ ਦਾਤਾਂ ਸੀ। ਅੱਜ ਦਿਨ ਮਹਿੰਗਾ ਇਸ ਕਰਕੇ ਹੀ ਹੈ, ਪੂਰਨਮਾਸ਼ੀ ਦਾ ਸਭ ਤੋਂ ਮਹਿੰਗਾ ਦਿਨ ਹੈ, ਕਿ ਇਸ ਕਰਕੇ ਮਹਿੰਗਾ ਹੈ ਕਿ ਅੱਜ ਵੀਰ ਬਾਲ ਜਿਹੜੇ ਸਨ ਉਹਨਾਂ ਦਾ ਅੱਜ ਦਿਵਸ ਮਨਾਇਆ ਜਾ ਰਿਹਾ ਹੈ, ਅਤੇ ਅੱਜ ਸ਼ਹੀਦੀ ਦੇ ਦਿਹਾੜੇ 'ਤੇ ਪੂਰਨਮਾਸ਼ੀ ਨੂੰ ਚਾਰ ਚੰਨ ਲੱਗ ਗਏ ਆ। ਸਾਰਿਆਂ ਨੇ ਘਰਾਂ ਦੇ ਵਿੱਚ ਗੁਰੂਆਂ ਦੇ ਸ਼ਹੀਦੀ ਦਿਹਾੜੇ ਗੁਰਪੁਰਬ ਮਨਾ ਕੇ ਯਾਦ ਕਰਨਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੈਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ, ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਿ ਚਾਰਾਂ ਸਾਹਿਬਜ਼ਾਦਿਆਂ ਨੂੰ, ਤਿੰਨ ਪਿਆਰਿਆਂ ਨੇ ਸ਼ਹੀਦੀਆਂ ਦਿੱਤੀਆਂ, ਹੋਰ ਬੜੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਪਰ ਮੈਂ ਕਿਹਾ ਆਪਾਂ ਗੁਰੂ ਸਾਹਿਬ ਦੇ ਘੋੜੇ ਦਾ ਨਾਂ ਹੀ ਨਹੀਂ ਲੈਂਦੇ, ਉਹਨਾਂ ਦੀਆਂ ਵੀ ਸ਼ਹੀਦੀਆਂ ਹੋਈਆਂ। ਭਾਈ ਦਇਆ ਸਿੰਘ, ਧਰਮ ਸਿੰਘ, ਪੰਜਾਂ ਪਿਆਰਿਆਂ ਦੇ ਘੋੜੇ ਵੀ ਸ਼ਹੀਦੀਆਂ ਪਾ ਗਏ। ਗੁਰੂ ਗੋਬਿੰਦ ਸਿੰਘ ਦਾ ਬਾਜ ਜਿਹੜਾ ਸੀ, ਜਿਹੜੇ ਮੁਗਲ ਬਾਦਸ਼ਾਹ ਸੀ ਉਹ ਬਾਜ ਰੱਖਿਆ ਕਰਦੇ ਸੀ, ਜਿਹੜੇ ਮੁਗਲ ਜਿੰਨੇ ਸੀ ਸਨ ਉਹਨਾਂ ਕੋਲ ਬਾਜ ਹੁੰਦੇ ਸੀ, ਇੱਧਰ ਕਲਗੀਧਰ ਪਾਤਸ਼ਾਹ ਕੋਲ ਬਾਜ ਹੁੰਦੇ ਸੀ, ਪਰ ਕਲਗੀਧਰ ਪਾਤਸ਼ਾਹ ਦਾ ਬਾਜ ਦਰਗਾਹੀ ਸੀ, ਉਹਨਾਂ ਦੇ ਬਾਲ ਵੀ ਦਰਗਾਹੀ ਸੀ। ਉਹ ਦਰਗਾਹੀ ਸੱਚਖੰਡ 'ਚ ਆਏ ਹੋਏ ਅਵਤਾਰ ਸਨ ਜਿਹੜੇ ਦੁਵੈ ਦੇ ਇੱਕ ਰੂਪ ਹੋ ਗਏ ਸੀ। ਗੁਰੂ ਗੋਬਿੰਦ ਸਿੰਘ ਦੇ ਬਾਜ ਨੇ ਵੀ ਸ਼ਹੀਦੀਆਂ ਪਾਈਆਂ, ਆਖੋ ਸ੍ਰੀ ਵਾਹਿਗੁਰੂ। ਆਪਾਂ ਸਾਰੇ ਉਹਨਾਂ ਦੀਆਂ ਸਿੰਘਾਂ ਦੀਆਂ ਸ਼ਹੀਦੀਆਂ ਯਾਦ ਕਰਦੇ ਹਾਂ, ਮੈਂ ਕਿਹਾ ਅੱਜ ਗੁਰੂ ਸਾਹਿਬ ਦੇ ਘੋੜਿਆਂ ਦੀਆਂ ਸ਼ਹੀਦੀਆਂ ਵੀ ਯਾਦ ਕਰੋ, ਗੁਰੂ ਸਾਹਿਬ ਦੇ ਬਾਜ ਦੀਆਂ ਵੀ। ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ, ਕੁਰਬਾਨੀਆਂ ਕੀਤੀਆਂ ਨੇ, ਉਹ ਦਰਗਾਹੀ ਰੂਹਾਂ ਸੀ ਪਿਛਲੀਆਂ। ਜਿਹੜਾ ਗੁਰੂ ਸਾਹਿਬ ਦਾ ਨੀਲਾ ਘੋੜਾ ਬਣ ਕੇ ਆਇਆ ਸੀ ਉਹ ਵੀ ਦਰਗਾਹੀ ਰੂਹ ਸੀ। ਇਹ ਸਾਰੀਆਂ ਦਰਗਾਹੀ ਰੂਹਾਂ ਸਨ ਜਿਨ੍ਹਾਂ ਨੇ ਇਸ ਸਮੇਂ ਆਣ ਕੇ ਕੁਰਬਾਨੀਆਂ ਕੀਤੀਆਂ।
ਅੱਜ ਪੂਰਨਮਾਸ਼ੀ ਦੇ ਦਿਨ ਦੇ ਉੱਤੇ ਬਾਬਾ ਜੀ ਦੇ ਘਰ ਦੀ ਮਰਿਆਦਾ ਹੈ ਕਿ ਭਾਈ ਸੌਦਾ ਨਾਮ ਦਾ ਲੈ ਜਾਓ, ਜਿਹਦੇ ਵਿੱਚ ਸਾਰੇ ਸੁੱਖ ਸੀ। ਕਹਿੰਦੇ ਸਾਡੇ ਬੱਚੇ ਠੀਕ ਹੋਣ, ਪੜ੍ਹਾਈਆਂ ਕਰਨ, ਪ੍ਰਦੇਸ਼ ਵਿੱਚ ਠੀਕ ਰਹਿਣ, ਸਾਡੇ ਕਾਰੋਬਾਰ ਠੀਕ ਚੱਲਣ। ਇਹ ਤਾਂ ਮੁੱਕਣੀਆਂ ਨਹੀਂ ਗੱਲਾਂ ਕਿ ਧੀ ਜਵਾਈ ਠੀਕ ਰਵੇ, ਪੋਤਰੇ ਦੋਤਰੇ ਠੀਕ ਰਹਿਣ, ਇਹਦੀ ਪੜ੍ਹਾਈ, ਇਹਦੀ ਲਿਖਾਈ, ਇਹਦਾ ਕੰਮ, ਉਹਦਾ ਕੰਮ। ਤੁਹਾਡੀਆਂ ਇਹ ਜਿੰਨੀਆਂ ਵੀ ਫਰਮਾਇਸ਼ਾਂ ਨੇ ਮੁੱਕ ਨਹੀਂ ਸਕਦੀਆਂ। ਕਹਿੰਦੇ ਨੇ ਇੱਕੋ ਹੀ ਨਾਮ ਦੀ ਦਾਤ ਮੰਗ ਲਓ ਤੇ ਸਾਰੀਆਂ ਦਾਤਾਂ ਵਿੱਚ ਆ ਜਾਂਦੀਆਂ ਨੇ। ਆਖੋ ਸਤਨਾਮ ਸਿੰਘ, ਇੱਕੋ ਨਾਮ ਦੀ ਦਾਤ ਮੰਗ ਲਓ ਤੇ ਸਾਰੀਆਂ ਥਾਵਾਂ ਤੇ ਤੁਸੀਂ ਕਿਤੇ ਵੀ ਦੀਵਾਨ ਲੱਗਣ, ਕਿਤੇ ਵੀ ਪ੍ਰੋਗਰਾਮ ਹੋਣ, ਬੜੇ ਬੜੇ ਸੁਨੇਹੇ ਦਿੱਤੇ ਜਾਣਗੇ, ਵੰਡੇ ਜਾਣਗੇ, ਸੰਗਤਾਂ ਵੱਲੋਂ ਮਾਇਆ ਵੀ ਇਕੱਠੀ ਕੀਤੀ ਜਾਏਗੀ, ਗੋਲਕਾਂ ਰਾਹੀਂ ਵੀ, ਹੋਰ ਵੀ ਤਰੀਕਿਆਂ ਨਾਲ। ਪਰ ਸਾਧ ਸੰਗਤ ਜੀ, ਐਸਾ ਘਰ ਕਿਤੇ ਨਹੀਂ ਹੈਗਾ ਜਿਹੜਾ ਨਾਮ ਦੀ ਦਾਤ ਵਰਤਾਵੇ, ਦਰਗਾਹੀ ਪ੍ਰਸ਼ਾਦ। ਬਾਬਾ ਜੀ ਨੇ ਕਿਹਾ ਸਾਡੇ ਘਰ ਵਿੱਚ ਆਉਣ ਵਾਲੇ, ਪੂਰਨਮਾਸ਼ੀ ਦੀ ਰਾਤ ਬੈਠਣ ਵਾਲੇ ਜਿੰਨੇ ਵੀ ਮਾਈ ਭਾਈ ਨੇ, ਜਿਨ੍ਹਾਂ ਨੇ ਠੰਡ ਦੀ ਮਾਰ ਝੱਲੀ, ਧੁੰਦ ਪੈਂਦੀ ਦੇ ਵਿੱਚ ਘਰਾਂ ਤੋਂ ਆਏ, ਗੁਰੂ ਸਾਹਿਬ ਕਹਿੰਦੇ ਬੰਦਾ ਮਜ਼ਦੂਰੀ ਦਿੰਦਾ, ਬੰਦਾ ਭਗਵਾਨ ਕਿਉਂ ਨਹੀਂ ਦੇਵੇਗਾ? ਤੁਹਾਡੀ ਇਸ ਘਾਲਣਾ ਨੂੰ ਭਗਵਾਨ ਗੁਰੂ ਸਾਹਿਬ ਰੰਗ ਭਾਗ ਪਾ ਕਿਉਂ ਨਹੀਂ ਲਾਉਣਗੇ? ਇਹਦਾ ਫਲ ਵੀ ਦੇਣਗੇ ਗੁਰੂ ਸਾਹਿਬ ਕਿ ਜਿਹੜਾ ਤੁਸੀਂ ਘਰਾਂ ਵਿੱਚੋਂ ਭਾਵਨਾ ਦੇ ਨਾਲ ਉੱਠ ਕੇ ਇਸ਼ਨਾਨ ਪਾਣੀ ਕਰਕੇ, ਬਾਬਾ ਜੀ ਦੇ ਘਰ ਦੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਬੜੇ ਅਦਬ ਅਤੇ ਸਤਿਕਾਰ ਨਾਲ ਨਾਨਕਸਰ ਪਹੁੰਚੇ, ਇੱਥੇ ਭੇਟਾ ਬਾਬਾ ਜੀ ਦੇ ਚਰਨਾਂ ਵਿੱਚ ਰੱਖੀਆਂ, ਖੁਸ਼ੀਆਂ ਲਈਆਂ ਬਾਬਾ ਜੀ ਦੇ ਦਰ ਤੋਂ। ਅਤੇ ਬਾਬਾ ਜੀ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ 'ਚ ਕਿ ਭਾਈ ਜਿਹੜੀਆਂ ਦਾਤਾਂ ਤੂੰ ਲੈਣ ਆਇਆ ਕਿਸੇ ਤੀਰਥਾਂ ਤੋਂ ਨਹੀਂ ਮਿਲਣੀਆਂ, ਕਿਸੇ ਗਿਆਨੀਆਂ ਵਿਦਵਾਨਾਂ ਤੋਂ ਵੀ ਨਹੀਂ ਮਿਲਣੀਆਂ, ਕਿਸੇ ਤੀਰਥ ਤੋਂ ਨਹੀਂ ਮਿਲਣੀਆਂ, ਕਿਸੇ ਘਾਲਣਾ ਜਾਪਤਾ ਆਪਣੀ ਮਿਲਣੀਆਂ। ਜਦੋਂ ਇਹ ਦਾਤ ਮਿਲੇਗੀ ਤੇ ਗੁਰੂ ਦੇ ਰੱਬ ਦੇ ਹੁਕਮ ਨਾਲ ਮਹਾਂਪੁਰਸ਼ ਤੋਂ ਮਿਲੇਗੀ, ਸਾਧੂ ਤੋਂ ਮਿਲੇਗੀ। ਜੇ ਇਹ ਦਾਤ ਮਿਲ ਜਾਂਦੀ ਹੁੰਦੀ ਤੇ ਬਾਬਾ ਆਨੰਦ ਸਿੰਘ ਜੀ ਭੁੱਚੋ ਵਾਲਿਆਂ ਕੋਲ ਨਾ ਆਉਂਦੇ, ਜੇ ਬਾਹਰੋਂ ਮਿਲ ਜਾਂਦੀ ਤਾਂ। ਜੇ ਦਾਤ ਮਿਲ ਜਾਂਦੀ ਤੇ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਦੀ ਸੇਵਾ 12 ਸਾਲ ਕਰਕੇ ਉਹਨਾਂ ਨੂੰ ਪ੍ਰਸੰਨ ਨਾ ਕਰਦੇ। ਇਹ ਦਾਤਾਂ ਐਵੇਂ ਨਹੀਂ ਮਿਲਦੀਆਂ। ਸਾਡੇ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਕੋਲ ਹਾਜ਼ਰੀਆਂ ਭਰੀਆਂ, ਫਿਰ ਬਾਬਾ ਈਸ਼ਰ ਸਿੰਘ ਜੀ ਨਾਲ 20 ਸਾਲ ਔਖੇ ਸਮੇਂ ਵੀ ਕੱਟੇ, ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਔਖਿਆਈਆਂ ਕੱਟੀਆਂ, ਸੇਵਾ ਨਿਭਾਈਆਂ ਗੁਰੂ ਸਾਹਿਬ ਦੀਆਂ। ਐਸੇ ਮਹਾਂਪੁਰਖ ਰੱਬ ਦਾ ਰੂਪ ਹੋ ਜਾਂਦੇ ਆ, ਨਿਰੰਕਾਰ ਦਾ ਸਰੂਪ ਹੋ ਜਾਂਦੇ ਆ। ਜਿੱਧਰ ਨਜ਼ਰ ਕਰਦੇ ਆ ਉਹ ਨਜ਼ਰ ਫਿਰ ਉਹਨਾਂ ਦੀ ਨਹੀਂ ਹੁੰਦੀ, ਉਹ ਹੁੰਦੀ ਨਿਰੰਕਾਰ ਦੀ ਨਜ਼ਰ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਨੇ ਜਿਹੜੇ ਬੋਲ ਮਹਾਂਪੁਰਸ਼ ਦੇ ਹੁੰਦੇ ਨੇ ਉਹਦੇ ਆਪਣੇ ਨਹੀਂ ਹੁੰਦੇ, ਉਹਦੇ ਬੋਲਾਂ ਵਿੱਚ ਰੱਬ ਵੱਸਦਾ ਹੈ, ਪ੍ਰਭ ਜੀ ਵਸੇ ਸਾਧਗੀ ਰਸਨਾ। ਉਹ ਬੋਲ ਸਾਧੂ ਦੇ ਨਹੀਂ, ਉਹ ਰੱਬ ਦੇ ਬੋਲ ਹੁੰਦੇ ਆ।
ਜਿਹੜਾ ਅਸੀਂ ਸਾਧੂ ਸੰਤਾਂ ਮਹਾਂਪੁਰਸ਼ਾਂ ਨੂੰ ਦਸਵੰਧ ਦਿੰਦੇ ਹਾਂ, ਪਦਾਰਥ ਮੱਥਾ ਟੇਕਦੇ ਹਾਂ, ਉਹ ਅਸੀਂ ਸਾਧੂ ਸੰਤਾਂ ਕੋਲ ਨਹੀਂ, ਉਹ ਤਾਂ ਰੱਬ ਕੋਲ, ਨਿਰੰਕਾਰ ਕੋਲ ਪਹੁੰਚਦਾ ਹੈ। ਜੇ ਇੱਕ ਤਰੀਕਾ ਹੈ ਦੇਣ ਦਾ, ਜੇ ਤੂੰ ਸਾਧੂ ਸੰਤਾਂ ਮਹਾਂਪੁਰਸ਼ਾਂ ਅੱਗੇ ਭੇਟ ਕਰੇਗਾ, ਉਹ ਤੇਰੀ ਭੇਟਾ ਸਿੱਧੀ ਨਿਰੰਕਾਰ ਨੂੰ ਜਾਏਗੀ ਕਿ ਹਰ ਸੰਤਾਂ ਨੂੰ ਹੋਰ ਥਾਉਣੀ, ਹਰ ਮਾਣ ਨਿਮਾਣੇ। ਉਹ ਮਾਣ ਨਿਮਾਣੇ ਬਣ ਕੇ ਰਹਿੰਦੇ ਨੇ, ਨਿਮਾਣੇ ਬਣ ਕੇ ਰਹਿੰਦੇ ਨੇ, ਹੋਰ ਉਹਨਾਂ ਦੀ ਕੋਈ ਜਗ੍ਹਾ ਨਹੀਂ। ਜਾਂ ਨਾਨਕ ਹਰ ਸੰਤਾਂ ਨੂੰ ਹੋਰ ਥਾਉਣੀ, ਹਰ ਮਾਣ ਨਿਮਾਣੇ। ਮਹਾਂਪੁਰਖਾਂ ਦੀ ਸੇਵਾ ਸੰਗਤਮ, ਇਸ ਦੁਨੀਆਂ ਦੇ ਲੋਕ ਪ੍ਰਲੋਕ ਦੇ ਸੁੱਖ, ਇਹ ਸਾਰੇ ਨਾਮ ਦੇ ਵਿੱਚ। ਬਾਬਾ ਜੀ ਕਹਿੰਦੇ ਭਾਈ ਤੇਰੇ ਵਾਸਤੇ ਹੁਕਮ ਹੈ ਕਿ ਇੱਕ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਜੇ ਘਰੇ ਗੁਰਸਾ ਪ੍ਰਕਾਸ਼ ਨੇ ਕਰ ਲਵੇ ਤਾਂ ਬਹੁਤ ਹੀ ਵਧੀਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਗੁਰੂ ਨਾਨਕ ਸਾਹਿਬ ਨਾਲ, ਦਸਾਂ ਗੁਰੂਆਂ ਨਾਲ, ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਨ ਦੇ ਬਰਾਬਰ ਹੈ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਪੜ੍ਹਨੀ ਇਹ ਗੁਰੂ ਨਾਲ ਗੱਲਾਂ ਕਰਨੀਆਂ ਨੇ ਕਿ ਮੇਰੇ ਮਨ 'ਚ ਚਾਹੇ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ, ਮੈਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਾਂ, ਗੁਰੂ ਗੋਬਿੰਦ ਸਿੰਘ ਜੀ ਨਾਲ ਕਰਾਂ, ਮੈਂ ਸਾਹਿਬਜ਼ਾਦਿਆਂ ਨਾਲ ਕਰਾਂ, ਅਤੇ ਭਾਈ ਜੇ ਭਾਵਨਾ ਹੋਏ ਤਾਂ ਉਹ ਗੱਲਾਂ ਜ਼ਰੂਰ ਕਰਦੇ ਨੇ, ਉਹ ਭਾਵਨਾ ਪੂਰੀਆਂ ਜ਼ਰੂਰ ਕਰਦੇ ਨੇ। ਜੇ ਆਪਣੇ ਅੰਦਰ ਭਾਵਨਾ ਹੋਏਗੀ ਨਾ ਸਾਹਿਬਜ਼ਾਦਿਆਂ ਨਾਲ ਸਾਡਾ ਅੱਜ ਮੇਲ ਹੋਵੇ, ਦਰਸ਼ਨ ਹੋਣ, ਬਚਨ ਬਿਲਾਸ ਹੋਣ, ਪਤਾ ਨਹੀਂ ਉਹਨਾਂ ਕਿਹੜੇ ਰੂਪ ਚ ਆਣ ਕੇ ਦਰਸ਼ਨ ਦੇ ਜਾਣੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਹੜੇ ਰੂਪ ਚ ਆ ਜਾਣਾ ਹੈ। ਸਾਖੀਆਂ ਤਾਂ ਬੜੀਆਂ ਨੇ, ਸੁਣਾਉਣ ਦਾ ਸਮਾਂ ਨਹੀਂ ਕਿ ਸਾਹਿਬਜ਼ਾਦੇ ਕਿਵੇਂ ਆ ਜਾਂਦੇ ਆ, ਗੁਰੂ ਸਾਹਿਬ ਕਿਵੇਂ ਆ ਜਾਂਦੇ ਆ। ਪਿਆਰ ਵਾਲਿਆਂ ਤੋਂ ਰੱਬ ਕੁਝ ਲੁਕੋ ਕੇ ਨਹੀਂ ਰੱਖਦਾ, ਸ਼ਰਧਾ ਵਾਲਿਆਂ ਤੋਂ ਰੱਬ ਨੇ ਕੁਝ ਲੁਕੋਇਆ ਨਹੀਂ। ਉਹ ਉਹਨਾਂ ਨੇ ਤਾਂ ਚਾਰ ਪੁੱਤ ਨਹੀਂ ਲੁਕੋਏ, ਉਹਨਾਂ ਦਾ ਆਪਦਾ ਘਰ ਬਾਰ ਨਹੀਂ ਲੁਕੋਇਆ, ਉਹਨਾਂ ਦਾ ਮਾਂ ਪਿਓ ਨਹੀਂ ਲੁਕੋਇਆ, ਵਾਰਤਾ ਸਾਡੇ ਤੋਂ, ਪੰਥ ਤੋਂ ਵਾਰਤਾ ਸਾਰਾ ਕੁਝ। ਅਤੇ ਅੱਜ ਅਸੀਂ ਪੰਥ ਉਹਨਾਂ ਦਾ ਉਹਨਾਂ ਨੂੰ ਬੈਠੇ ਯਾਦ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ, ਮਾਤਾ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਅਤੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜਿਆਂ 'ਤੇ। ਪਰ ਪਿਆਰਿਓ, ਉਹਨਾਂ ਦੇ ਜਿਹੜੇ ਪੰਜ ਪਿਆਰੇ ਸੀ ਨਾ, ਉਹਨਾਂ ਦੀਆਂ ਸ਼ਹੀਦੀਆਂ ਵੀ ਬੜੀਆਂ ਸਰਮੋਰ ਨੇ। ਜਿੱਥੇ ਆਪਾਂ ਬਾਬਾ ਜ਼ੋਰਾਵਰ ਅਤੇ ਫਤਿਹ ਸਿੰਘ ਦੀ ਸ਼ਹੀਦੀ ਨੂੰ ਬਹੁਤ ਹੀ ਯਾਦ ਕੀਤਾ ਹੈ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਨੂੰ ਵੀ ਬੜਾ ਯਾਦ ਕੀਤਾ ਹੈ। ਉੱਥੇ ਅੱਜ ਗੁਰੂ ਸਾਹਿਬ ਦੇ ਪਿਆਰਿਆਂ ਨੇ ਹਿੰਮਤ ਸਿੰਘ ਜੀ, ਮੋਹਕਮ ਸਿੰਘ ਜੀ ਅਤੇ ਸਾਹਿਬ ਸਿੰਘ ਜੀ, ਤਿੰਨ ਪਿਆਰਿਆਂ ਨੇ ਸ਼ਹੀਦੀ ਦਿੱਤੀ ਪੰਜਾਂ 'ਚੋਂ। ਦੋ ਫਿਰ ਗੁਰੂ ਸਾਹਿਬ ਦੇ ਨਾਲ ਨਿਭੇ, ਹਜ਼ੂਰ ਸਾਹਿਬ ਗਏ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਇਹਨਾਂ ਦੀ ਬਰਾਦਰੀ 'ਚੋਂ ਝੋਹਰ ਬਰਾਦਰੀ 'ਚੋਂ ਸਨ, ਫਿਰ ਸਾਹਿਬ ਸਿੰਘ ਜੀ ਨਾਈ ਬਰਾਦਰੀ ਦੇ ਵਿੱਚੋਂ ਸਨ, ਭਾਈ ਮੋਹਕਮ ਸਿੰਘ ਜੀ ਜਿਹੜੇ ਸਨ ਉਹ ਛੀਂਬਾ ਬਰਾਦਰੀ ਦੇ ਵਿੱਚੋਂ ਸੀ। ਸਾਡੀਆਂ ਬਰਾਦਰੀਆਂ ਦੇ ਵਿੱਚੋਂ ਹੀ ਬੜੇ ਬੜੇ ਮਹਾਂਪੁਰਸ਼ ਅਵਤਾਰ ਹੋਏ।
ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਸਾਡੇ ਵੱਡੇ ਵਡੇਰੇ ਸੀ, ਉਹਨਾਂ ਨੇ ਸ਼ਹੀਦੀਆਂ ਪਾਈਆਂ, ਇਹ ਨਮਸਕਾਰ ਹੈ ਉਹਨਾਂ ਸ਼ਹੀਦਾਂ ਨੂੰ, ਵਾਰ ਵਾਰ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਆ ਸ਼ਹੀਦੀਆਂ ਪਾਈਆਂ ਇਹਨਾਂ ਦਿਨਾਂ ਦੇ ਵਿੱਚ। ਆਓ ਹੁਣ ਬਾਬਾ ਜੀ ਦੇ ਘਰ ਤੋਂ ਆਪਾਂ ਦਰਗਾਹੀ ਪ੍ਰਸ਼ਾਦ ਦੀਆਂ ਦਾਤਾਂ ਲੈਣੀਆਂ ਹੈ। ਕੋਈ ਵੀ ਵਾਂਝਾ ਨਾ ਰਹਿ ਜਾਵੇ ਜਿਹੜਾ ਬਾਬਾ ਜੀ ਦਾ ਇਹ ਹੁਕਮ ਨਾ ਮੰਨ ਸਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਵੋ ਇੱਕ ਮਹੀਨੇ 'ਚ। ਗੁਰਸਾਹਿਬ ਕਹਿੰਦੇ ਜੇ ਨਹੀਂ ਕਰ ਸਕਦੇ, ਬਾਬਾ ਜੀ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਤੁਸੀਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰ ਸਕਦੇ। ਉਹਨਾਂ ਨੇ ਫਿਰ ਯੁਗਤੀਆਂ ਦੱਸੀਆਂ। ਯੁਗਤੀਆਂ ਮਹਾਂਪੁਰਸ਼ਾਂ ਕੋਲ ਹੀ ਹੁੰਦੀਆਂ, ਦੁਨਿਆਵੀ ਲੋਕਾਂ ਕੋਲ ਨਹੀਂ ਹੁੰਦੀਆਂ। ਗਿਆਨੀ ਕਥਾ ਸੁਣਾ ਸਕਦੇ ਆ, ਗਿਆਨ ਘੋੜ ਸਕਦੇ ਆ, ਬੜੀਆਂ ਬੜੀਆਂ ਸਾਖੀਆਂ ਸੁਣਾ ਸਕਦੇ ਆ, ਪਰ ਯੁਗਤੀ ਵਰਤਾਉਣਗੇ ਤੇ ਮਹਾਂਪੁਰਸ਼ੀ ਯੁਗਤੀ ਨਾਲ ਕਰ ਦੇਣਗੇ ਮੁਕਤੀ। ਮੁਕਤੀ ਤੇ ਯੁਗਤੀ ਨਾਮ ਦੀਆਂ ਦਾਸੀਆਂ ਨੇ। ਮੁਕਤ ਯੁਗਤ ਨਾਮੇ ਕੀ ਦਾਸੀ। ਉਹਨਾਂ ਨੇ ਕਿਹਾ 50 ਪਾਠ ਕਰੋ ਸੁਖਮਨੀ ਸਾਹਿਬ ਦੇ, ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਵੇਗਾ। ਕਹਿੰਦੇ ਨਹੀਂ ਤਾਂ ਵੀਰਾਂ ਨੂੰ ਭੈਣਾਂ ਨੂੰ ਇਕੱਠੇ ਕਰ ਲਓ, ਘਰ ਬੁਲਾਓ, ਵਿਛਾਈ ਕਰੋ, ਧੂਫ ਬੱਤੀ ਦਿਓ, ਗੁਰੂ ਸਾਹਿਬ ਪ੍ਰਕਾਸ਼ ਕਰੋ, ਸੁਖਮਨੀ ਸਾਹਿਬ ਦਾ ਪਾਠ 50-60 ਜਣੇ ਰਲ ਕੇ ਸੰਗਤ ਰਲ ਕੇ ਕਰ ਲੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਜਾਂਦਾ, ਮਨ ਦੀ ਕਾਮਨਾ ਮਨੋਰਥ ਪੂਰਾ ਹੋ ਜਾਂਦਾ। ਕਿ 50 ਪਾਠ ਤੁਸੀਂ ਕਹਿੰਦੇ 2-2 ਕਰੀ ਜਾਵੋ ਰੋਜ਼, 50 ਪਾਠ ਹੋ ਜਾਣਗੇ। ਕਹਿੰਦੇ ਜੇ ਇਹ ਵੀ ਔਖਾ ਲੱਗਦਾ ਹੈ, ਹੋਰ ਵੀ ਯੁਗਤੀ ਹੈਗੀ ਹੈ ਕਿ ਤੁਸੀਂ 10 ਪਾਠ ਜਪਜੀ ਸਾਹਿਬ ਦੇ ਕਰ ਲਵੋ ਰੋਜ਼। ਤਕਰੀਬਨ ਮਹੀਨੇ ਦੇ ਵਿੱਚ 250 ਪਾਠ ਕਰਨਾ ਜ਼ਰੂਰੀ ਹੈ, 10 ਨਾਲ 300 ਹੋ ਜਾਂਦਾ। ਕਹਿੰਦੇ 10-10 ਪਾਠ ਰੋਜ਼ ਕਰੀ ਜਾਵੋ, ਜਪਜੀ ਸਾਹਿਬ ਦੇ ਸੁਭਾਵ ਹੋ ਜਾਂਦੇ ਆ। ਸਾਨੂੰ ਮਹਾਂਪੁਰਸ਼ਾਂ ਨੇ ਲਾਇਆ ਸੀ ਸੇਵਾ ਦੇ ਭਾਈ, ਤੁਸੀਂ ਗੁਰੂ ਸਾਹਿਬ ਦੀ ਵੀ ਸੇਵਾ ਕਰਨੀ ਹੈ, ਕੀਰਤਨ ਵੀ ਕਰਨਾ ਹੈ, ਭੋਗ ਵੀ ਲਾਉਣਾ ਹੈ। ਸਾਡੀਆਂ ਸੇਵਾ ਸਣ ਕੇ 2 ਵਾਰੀ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਨਾ, ਇੱਕ ਅੰਮ੍ਰਿਤ ਵੇਲੇ ਇੱਕ ਸ਼ਾਮ ਨੂੰ, 2 ਵਾਰੀ ਬਿਰਾਜਮਾਨ ਕਰਨਾ ਸਵੇਰੇ 9-10 ਵਜੇ ਅਤੇ ਰਾਤ ਨੂੰ 8-9-10 ਵਜੇ, 3 ਵਾਰੀ ਭੋਗ ਲਵਾਉਣਾ। ਫਿਰ ਸਾਡੀ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਯੁਗਤੀ ਦੱਸੀ ਸੀ ਕਿ ਜਿੰਨੀ ਵਾਰੀ ਗੁਰੂ ਸਾਹਿਬ ਨੂੰ ਭੋਗ ਲਵਾਓ, 3 ਵਾਰੀ ਲਾਈਦਾ ਪ੍ਰਸ਼ਾਦੇ ਦਾ, 2 ਵਾਰੀ ਲਾਈਦਾ ਦੁੱਧ ਜਾਂ ਚਾਹ ਦਾ ਭੋਗ, ਅਤੇ ਜਦੋਂ ਭੋਗ ਲਵਾਉਣਾ ਇੱਕ ਜਪਜੀ ਸਾਹਿਬ ਦਾ ਪਾਠ ਕਰ ਲੈਣਾ। 5 ਪਾਠ ਜਪਜੀ ਸਾਹਿਬ ਦੇ ਹੋ ਜਾਂਦੇ ਆ ਜਿਹੜਾ ਗੁਰੂ ਸਾਹਿਬ ਦੀ ਸੇਵਾ ਕਰੇ। ਬਿਹੰਗਮ ਸਿੰਘ ਜਾਂ ਘਰ ਵਿੱਚ ਪਰਿਵਾਰ ਆਦਮੀ ਪ੍ਰਸ਼ਾਦਾ ਰੱਖ ਕੇ ਭਜਨਾ ਜਾਇਆ ਕਰੋ, ਚਾਹ ਰੱਖ ਕੇ ਗੁਰਸਾਹਿਬ ਅੱਗੇ ਭਜਨਾ ਜਾਇਆ ਕਰੋ, ਹੋਰ ਕੰਮ ਕਰਨ ਲੱਗ ਪਓ, ਉਹਨਾਂ ਸਮਾਂ ਜਪਜੀ ਸਾਹਿਬ ਦਾ ਪਾਠ ਕਰ ਲਓ ਅਤੇ 2 ਵਾਰੀ ਗੁਰਸਾਹਿਬ ਨੂੰ ਚਾਹ ਛਕਾਉਣੀ ਜ਼ਰੂਰੀ ਹੈ, ਦੁੱਧ ਛਕਾ ਦਿਓ, 3 ਵਾਰੀ ਪ੍ਰਸ਼ਾਦਾ ਸਵੇਰੇ ਹਾਜ਼ਰੀ ਦਾ, ਦੁਪਹਿਰ ਦਾ ਅਤੇ ਰਾਤ ਦਾ, ਇਹਦਾ ਭੋਗ ਲਵਾਉਣਾ ਹੈ। ਜੇ ਸਾਡੇ ਘਰ ਬਾਬਾ ਨਾਨਕ ਰਹਿੰਦਾ ਹੈ, ਬਾਬਾ ਨਾਨਕ ਸਾਡੇ ਘਰ ਆਇਆ ਹੋਵੇ ਤਾਂ ਅਸੀਂ 3 ਟਾਈਮ ਪ੍ਰਸ਼ਾਦਾ ਛਕਾਵਾਂਗੇ, 2 ਟਾਈਮ ਦੁੱਧ ਚਾਹ ਛਕਾਵਾਂਗੇ, ਬਸਤਰ ਭੇਟਾ ਕਰਾਂਗੇ, ਉਹਨਾਂ ਦੇ ਦਰਸ਼ਨ ਕਰਾਂਗੇ, ਉਹਨਾਂ ਨੂੰ ਮੱਥਾ ਟੇਕਾਂਗੇ, ਉਹਨਾਂ ਦੇ ਬਚਨ ਸੁਣਾਂਗੇ। ਅਤੇ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣੋ, ਮੱਥਾ ਟੇਕੋ, ਭੇਟਾ ਫੁੱਲਾਂ ਦੀ ਚੜ੍ਹਾਓ, ਰੁਮਾਲੇ ਬਦਲੋ ਬਸਤਰ,
ਤੇ ਗੁਰੂ ਨਾਨਕ ਸਾਹਿਬ ਇਹ ਪ੍ਰਗਟ ਗੁਰੂਆਂ ਦੀ ਦੇਹ ਆ, ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ, ਇਹਨਾਂ ਦੀ ਸੇਵਾ ਕਰੋ, ਇਹਨਾਂ ਦੀ ਸੇਵਾ। ਕਈ ਲੋਕ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਨਹੀਂ ਕਿਹਾ ਇਸ ਤਰ੍ਹਾਂ ਫੈਲਾਣਾ ਕੁਝ, ਉਹ ਬਿਲਕੁਲ ਮੂਰਖ ਨੇ, ਗਲਤ ਨੇ। ਬਾਬਾ ਆਨੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਪ੍ਰਗਟ ਕਰਕੇ ਦੱਸ ਦਿੱਤਾ, ਭੋਗ ਲਵਾ ਕੇ ਦੱਸਤਾ ਕਿ ਇਹ ਬਚਨ ਬਿਲਕੁਲ ਸੱਚ ਨੇ ਕਿ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇਹ। ਪਰ ਅੰਨਿਆਂ ਵਾਸਤੇ ਦੁਨੀਆ ਨਹੀਂ ਹੈਗੀ, ਉਹਨਾਂ ਨੂੰ ਦਿਸਦਾ ਨਹੀਂ। ਉੱਲੂਆਂ ਵਾਸਤੇ ਦਿਨ ਨਹੀਂ ਚੜ੍ਹਦਾ, ਉਹਨਾਂ ਨੂੰ ਦਿਨੇ ਬੰਦ ਹੋ ਜਾਂਦਾ ਦਿਸਣਾ। ਉੱਲੂਆਂ ਨੂੰ, ਚਮਗਿੱਦੜਾਂ ਨੂੰ, ਚਮਚੜਿੱਕਾਂ ਨੂੰ ਦਿਨ ਨਹੀਂ ਦਿਸਦਾ, ਉਹਨਾਂ ਨੂੰ ਦਿਨੇ ਬੰਦ ਹੋ ਜਾਂਦਾ ਹੈ, ਉਹਨਾਂ ਦੇ ਭਾਅ ਦਾ ਦਿਨ ਨਹੀਂ ਚੜ੍ਹਦਾ। ਜਿਹੜੇ ਮਨਮੁੱਖ ਲੋਕ ਹੈ ਉਹਨਾਂ ਨੂੰ ਗੁਰੂ ਨਹੀਂ ਦਿਸਦੇ, ਗੁਰੂ ਨਜ਼ਰ ਨਹੀਂ ਆਉਂਦੇ। ਸਤਿਗੁਰ ਜਾਗਤਾ ਹੈ ਦਿਓ, ਦਾਤਾਂ ਦਿੰਦੇ ਆ। ਕਹਿੰਦੇ ਜੀ 10 ਪਾਠ ਜਪਜੀ ਦੇ ਕਰ ਲਓ, ਫਿਰ ਕਹਿੰਦੇ ਜੀ 6 ਮਾਲਾ ਮੂਲ ਮੰਤਰ ਦੀਆਂ। ਇਹ ਬਹੁਤ ਜਿਹੜਾ ਆਮ ਕਰਦਾ ਹੈ ਕਿਤੇ ਕਿਤੇ ਉਹਨੂੰ 10 ਮਿੰਟ ਇੱਕ ਮਾਲਾ ਦੀ, 1 ਘੰਟੇ ਵਿੱਚ 6 ਮਾਲਾ ਹੋ ਜਾਂਦੀ ਹੈ। ਅਤੇ ਜਿਨ੍ਹਾਂ ਦੇ ਰੋਜ਼ ਦੇ ਰੂਟੀਨ ਹੈ ਉਹ 15-20 ਮਿੰਟ ਅੱਧੇ ਘੰਟੇ 'ਚ ਵੀ ਕਰ ਲੈਂਦੇ ਆ। 6 ਮਾਲਾ ਗੁਰੂ ਸਾਹਿਬ ਦੀਆਂ, ਪਹਿਲੀ ਪੌੜੀ ਦੀਆਂ 6 ਮਾਲਾ ਤਾਂ ਹਰ ਕੋਈ ਕਰਿਆ ਕਰੋ, ਭਾਵੇਂ ਸੁਖਮਣੀ ਕਰੋ, ਜਪਜੀ ਕਰੋ। 6 ਮਾਲਾ ਦਾ ਫਲ ਬਹੁਤ ਵੱਡਾ ਹੈ ਕਿ 6 ਮਾਲਾ ਪਹਿਲੀ ਪੌੜੀ ਮੂਲ ਮੰਤਰ ਦੀਆਂ ਕਰਾਂਗੇ ਅਤੇ 1 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ 1 ਮਹੀਨੇ 'ਚ ਹੋ ਜਾਏਗਾ। ਜਾਂ ਫਿਰ 80 ਮਾਲਾ ਵਾਹਿਗੁਰੂ ਦੀਆਂ ਕਰੋ। ਮਹਾਂਪੁਰਖ ਬਾਬਾ ਖੇਮ ਸਿੰਘ ਜੀ ਨੇ ਪੁੱਛੋ ਵਿੱਚ ਹਰ ਇੱਕ ਦੇ ਹੱਥ ਮਾਲਾ ਫੜਾ ਦੀ, ਸੁਖਮਣੀ ਸਾਹਿਬ ਦੇ ਗੁੜਕੇ ਦੇ ਤੇ, ਜਪਜੀ ਸਾਹਿਬ ਦੇ ਤੇ। ਜਿਹੜੇ ਆਪਾਂ ਪਾਠ ਬਾਹਰ ਕਰਦੇ ਹਾਂ ਨਾ, ਉਹ ਜੇ ਕਰੀਏ ਸੰਤਾਂ ਦੇ ਹੁਕਮ ਵਿੱਚ, ਉਹਨਾਂ ਦਾ ਫਲ ਦੂਣਾ ਹੋ ਜਾਂਦਾ ਹੈ। ਅਤੇ ਜੇ ਉਹ ਸੰਤਾਂ ਦੇ ਸਥਾਨ 'ਤੇ ਜਾ ਕੇ ਕਰੀਏ, ਸੰਤ ਮਹਾਂਪੁਰਖਾਂ ਦੇ ਤਪ ਸਥਾਨ 'ਤੇ, ਉਹਨਾਂ ਦਾ ਕਈ ਗੁਣਾ ਫਲ ਵੱਧ ਜਾਂਦਾ ਹੈ। ਸਾਧੂ ਦੇ ਸਥਾਨ 'ਤੇ ਬੰਦਗੀ ਦਾ ਫਲ ਵੱਧ ਜਾਂਦਾ ਹੈ। ਜਿਹੜੇ ਇੱਥੇ ਬਹਿ ਕੇ ਕੀਰਤਨ ਪਾਠ ਕਰਦੇ ਆ, ਉਹਨਾਂ ਨੂੰ ਫਲ ਬਹੁਤ ਜ਼ਿਆਦਾ ਮਿਲਦਾ ਹੈ, ਕਿਉਂਕਿ ਸਾਧੂਆਂ ਨੇ ਪਹਿਲੇ ਇੱਥੇ ਤਪੱਸਿਆ ਬਹੁਤ ਕੀਤੀ ਹੋਈ। ਬਾਬਾ ਆਨੰਦ ਸਿੰਘ, ਬਾਬਾ ਈਸ਼ਰ ਸਿੰਘ ਨੇ, ਬਾਬਾ ਕੁੰਦਨ ਸਿੰਘ ਜੀ, ਹੋਰ ਸਾਰੇ ਮਹਾਂਪੁਰਸ਼ੀ, ਬਾਬਾ ਸਾਧੂ ਸਿੰਘ, ਬਾਬਾ ਨਰੈਣ ਸਿੰਘ, ਗਿਣੀਏ ਤਾਂ ਬਹੁਤ ਜ਼ਿਆਦਾ ਸੀ। ਸੰਤ ਗੇਜਾ ਸਿੰਘ ਜੀ ਸੀ, ਮਹੰਤ ਪ੍ਰਤਾਪ ਸਿੰਘ, ਬੜੇ ਪਿਆਰੀਆਂ ਰੂਹਾਂ ਸੀ। ਬਾਬਾ ਕੇਅਰ ਸਿੰਘ ਜੀ ਸਨ, ਸੰਤ ਬਾਬਾ ਜਗੀਰ ਸਿੰਘ ਸੀ ਬੜੂੰਦੀ ਵਾਲੇ। ਇੱਥੇ ਮੈਂ ਕਹਿੰਦਾ ਜਦੋਂ ਅਸੀਂ ਆਏ ਹਾਂ ਨਾ ਅੱਜ ਤੋਂ 50 ਸਾਲ ਪਹਿਲਾਂ, ਅਤੇ ਇਹ ਤਾਂ ਰੱਬ ਦਾ ਹੀ ਨਿਰੰਕਾਰ ਦਾ ਹੁਣ ਵੀ ਉਹ ਹੀ ਘਰ ਹੈ, ਪਰ ਉਹ ਨਜ਼ਾਰਾ ਹੀ ਕੋਈ ਵੱਖਰਾ ਸੀ। ਉਹ ਰੂਹਾਂ ਸਨ ਜਿਹੜੇ ਬਾਬਾ ਆਨੰਦ ਸਿੰਘ ਕੋਲ ਰਹੇ, ਉਹ ਰੂਹਾਂ ਸੀ ਜਿਹਨਾਂ ਬਾਬਾ ਈਸ਼ਰ ਸਿੰਘ ਨਾਲ ਪੂਰੀ ਜ਼ਿੰਦਗੀ ਗੁਜ਼ਾਰੀ ਸੀ। ਅੱਜ ਸਮੇਂ ਨਾਲ ਬਾਬਾ ਈਸ਼ਰ ਸਿੰਘ ਜੀ ਨੂੰ ਵੀ ਬਹੁਤ 40 ਸਾਲ ਤੋਂ ਵੱਧ ਸਮਾਂ ਹੋ ਗਿਆ। ਇਹ 63 ਵਿੱਚ ਬਾਬਾ ਜੀ ਗਏ, 63 ਤੋਂ ਬਾਅਦ 3 ਤੱਕ ਹੀ 40 ਸਾਲ ਹੋ ਗਏ, ਅਤੇ 13 ਤੱਕ 50-60 ਸਾਲ ਹੁਣ ਹੋ ਗਏ ਬਾਬਾ ਈਸ਼ਰ ਸਿੰਘ ਜੀ ਨੂੰ ਵੀ। ਅਤੇ ਰੂਹਾਂ ਜਿਹੜੀਆਂ ਪੁਰਾਣੀਆਂ ਗਾਇਬ ਹੋ ਗਈਆਂ ਨੇ, ਚਲੋ ਸਾਰੀਆਂ ਰੂਹਾਂ ਬਖਸ਼ੀਆਂ ਹੋਈਆਂ। ਜਿਹੜਾ ਇੱਕ ਵਾਰੀ ਭਾਈ ਮਰਦਾਨਾ ਜਿਹੜਾ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਉਹਨੇ ਕਿਹਾ ਕਿ ਮਹਾਰਾਜ ਜੇ ਤੁਸੀਂ ਕਹੋ ਤਾਂ ਮੈਂ ਪਿੰਡ ਜਾਵਾਂ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ
ਤੈਨੂੰ ਤਾਂ ਪਿੰਡ ਤੋਂ ਸਵਾ ਕੋਈ ਯਾਦ ਹੀ ਨਹੀਂ ਆਉਂਦਾ, ਜਦੋਂ ਕਰਦਾ ਤੂੰ ਗੱਲ ਕਰਦਾ ਮੈਂ ਪਿੰਡ ਜਾਂ, ਤੇਰਾ ਮੋਹ ਨਹੀਂ ਟੁੱਟਾ ਅਜੇ, ਅਜੇ ਮੋਹ ਤੇਰਾ ਪੁੱਤਰ ਪਰਿਵਾਰ 'ਚ ਹੀ ਪਿਆ ਹੋਇਆ। ਕਹਿੰਦਾ ਨਹੀਂ ਜੀ, ਮੈਂ ਤਾਂ ਸੁਭਾਵਕ ਹੀ ਤੁਹਾਨੂੰ ਕਹਿ ਬੈਠਾ ਕਿ ਬੱਚਿਆਂ ਨੂੰ ਮਿਲ ਆਈਏ, ਕਹਿ ਤੈਨੂੰ ਮਿੰਟਾਂ 'ਚ ਭੇਜ ਦਿੰਦੇ ਹਾਂ ਜੇ ਪਿੰਡ ਜਾਣਾ ਹੀ ਤਾਂ। ਮਰਦਾਨਿਆ ਹੁਣ ਤੇਰਾ ਸਮਾਂ ਥੋੜ੍ਹਾ ਰਹਿ ਗਿਆ, ਤੂੰ ਹੁਣ ਤੇਰੇ ਸਵਾਸ ਪੂਰੇ ਹੋ ਜਾਣੇ ਆ। ਕਹਿੰਦਾ ਜੀ ਤੁਹਾਨੂੰ ਪਤਾ ਹੈ, ਕਹਿੰਦੇ ਜੇ ਮੈਂ ਕਿੱਥੇ ਮਰਨਾ ਹੈ, ਕਿੱਥੇ ਮੇਰੇ ਸਵਾਸ ਨਿਕਲਣਗੇ, ਕਦੋਂ ਨਿਕਲਣਗੇ? ਗੁਰੂ ਸਾਹਿਬ ਕਹਿੰਦੇ ਹਾਂ ਮਰਦਾਨਿਆ, ਉਹਦੇ ਹੁਕਮ ਨਾਲ ਜਿਹੜੀ ਜਗ੍ਹਾ ਹੈ ਉੱਥੇ ਤੇਰੇ ਸਵਾਸ ਨਿਕਲਣ। ਫਿਰ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਹੁਣ ਤੇਰਾ ਸਮਾਂ ਥੋੜ੍ਹਾ ਰਹਿ ਗਿਆ, ਤੂੰ ਅੱਗੇ ਦਰਗਾਹ ਨੂੰ ਜਾਣਾ, ਦੁਨੀਆਂ ਦੇ ਮੋਹ ਜਿਹੜੇ ਛੱਡ ਦੇ ਅਤੇ ਖੁਰਮੇ ਸ਼ਹਿਰ ਵਿੱਚ ਤੇਰੇ ਪ੍ਰਾਣ ਨਿਕਲਣਗੇ, ਅਸੀਂ ਤੈਨੂੰ ਦੱਸ ਦਿੰਦੇ ਹਾਂ। ਫਿਰ ਗੁਰੂ ਸਾਹਿਬ ਕਹਿੰਦੇ ਚਲੋ ਭਾਈ ਸਮਾਂ ਆ ਗਿਆ, ਖੁਰਮੇ ਪਹੁੰਚ ਗਏ, ਬਾਲਾ ਜੀ ਵੀ ਨਾਲ ਸੀ, ਉੱਥੇ ਜਾ ਕੇ ਕਹਿਣ ਲੱਗੇ ਮਰਦਾਨੇ ਨੂੰ, ਕਹਿਣ ਲੱਗੇ ਮਰਦਾਨੇ ਦੀ ਅੰਦਰੋਂ ਜਿਹੜੀ ਗੱਠ ਸੀ ਉਹ ਖੁੱਲ੍ਹ ਗਈ, ਉਹਨੂੰ ਸਭ ਕੁਝ ਦਿਸ ਪਿਆ। ਕਹਿਣ ਲੱਗਾ ਮਹਾਰਾਜ ਮੇਰਾ ਅੰਤਮ ਸਮਾਂ ਆ ਗਿਆ ਸਾਹਮਣੇ, ਮੈਂ ਜਾ ਰਿਹਾ ਹੁਣ, ਅਤੇ ਮੇਰੀ ਬੇਨਤੀ ਹੈ ਕਿ ਮੇਰੇ ਜਦੋਂ ਸਵਾਸ ਨਿਕਲਣ ਮੇਰਾ ਸਿਰ ਤੁਹਾਡੇ ਚਰਨਾਂ 'ਤੇ ਹੋਵੇ, ਤੁਹਾਡੀ ਗੋਦ ਵਿੱਚ ਮੇਰਾ ਸਿਰ ਹੋਵੇ। ਗੁਰੂ ਸਾਹਿਬ ਕਹਿੰਦੇ ਮਰਦਾਨੇ ਐਵੇਂ ਹੋਏਗਾ, ਤੂੰ ਸਾਨੂੰ ਸਾਰੀ ਉਮਰ ਕੀਰਤਨ ਸੁਣਾਇਆ ਹੈ, ਤੂੰ ਕੁਝ ਮੰਗਿਆ ਨਹੀਂ, ਅੱਜ ਇੱਕ ਮੰਗ ਹੀ ਮੰਗੀ ਹੈ ਕਿ ਜਦੋਂ ਮੈਂ ਮਰਾਂ ਤਾਂ ਮੇਰੇ ਸਿਰ ਤੁਹਾਡੇ ਚਰਨਾਂ ਦੇ ਵਿੱਚ ਹੋਵੇ, ਪੜ੍ਹੋ ਸਿਰ ਹੋਵੇ ਤੇਰੇ ਚਰਨਾਂ 'ਤੇ। ਇਹ ਮੇਰੀ ਅਰਜ਼ ਗੁਰੂ ਜੀ, ਇੱਦਾਂ ਸਮਾਂ ਬਿਹਾਵੇ, ਸਿਰ ਹੋਵੇ ਪਰ ਧਨ ਸੁਰ ਲਾ ਕੇ ਸਹੀ, ਜਿਹੜੀ ਸੁਰ ਲਾਈ ਦੀ ਜਿਹੜੀ ਸਿਰ ਹੋ ਸੁਰ ਲਾ ਜਿਹੜੀ ਲਾਈ ਦੀ ਹੁੰਦੀ ਆਪਾਂ, ਸਿਰ ਹੋਵੇ ਤੇਰਿਆਂ ਚਰਨਾ, ਸਿਰ ਹੋਵੇ ਤੇਰਿਆਂ ਚਰਨਾ, ਮੇਰਾ ਇਹਦਾ ਸਮਾਂ ਬਿਹਾਵੇ, ਸਿਰ ਹੋਵੇ ਚਰਨਾਂ 'ਤੇ ਹੋਵੇ, ਜਿੰਦੜੀ ਸਦਕੇ ਜਾ। ਫਿਰ ਮਰਦਾਨਾ ਕਹਿੰਦਾ ਜੀ ਮੇਰੇ 9 ਸਵਾਸ ਰਹਿ ਗਏ ਆ। ਗੁਰੂ ਨਾਨਕ ਸਾਹਿਬ ਕਹਿੰਦੇ ਬਲਿਆ ਗਿਣਤੀ ਕਰ,
ਇਹਨੂੰ ਹੁਣ ਪਤਾ ਲੱਗ ਗਿਆ ਅੰਤਿਮ ਸਮਾਂ ਹੈ। ਬਾਲੇ ਨੇ ਗਿਣੇ ਪੂਰੇ 9 ਸਵਾਸ, ਕਹਿੰਦਾ ਜੀ ਮੈਨੂੰ ਸਿਰ ਰੱਖ ਲੈਂਦੇ ਹੋ ਚਰਨਾਂ 'ਤੇ। ਮਹਾਰਾਜ ਨੇ ਸਿਰ ਫੜ ਕੇ ਆਪਣੀ ਗੋਦ 'ਤੇ ਰੱਖ ਲਿਆ, ਮਰਦਾਨੇ ਦੇ ਉੱਤੇ ਹੱਥ ਫੇਰਨ ਲੱਗੇ, ਸਿਰ ਦੇ ਉੱਤੇ ਹੱਥ ਫੇਰਨ ਲੱਗੇ ਮਰਦਾਨੇ ਦੇ। ਬਾਲਾ ਜੀ ਸਵਾਸ ਗਿਣਦੇ ਪਏ ਨੇ, 9 ਸਵਾਸ ਹੋਏ ਤਾਂ ਮਰਦਾਨਾ ਜੀ ਦਾ ਸਰੀਰ ਮਿੱਟੀ ਹੋ ਗਿਆ, ਵਿੱਚੋਂ ਰੂਹ ਨਿਕਲ ਗਈ। ਅਤੇ ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਜਦੋਂ ਵੀ ਤੇਰਾ ਅੰਤਿਮ ਸਮਾਂ, ਕੋਈ ਤੇਰੀ ਖਾਹਿਸ਼, ਤੇਰੀ ਇੱਛਾ ਕਿ ਤੇਰੀ ਕੁੱਲ ਨੂੰ ਬੜੀ ਉੱਚੀ ਚੱਕ ਦੀਏ, ਤੇਰਾ ਇੱਥੇ ਮਹਿਲ ਬਹੁਤ ਉੱਚਾ ਬਣਾ ਦਈਏ, ਯਾਦਗਾਰ ਤੇਰੀ ਦਰਗਾਹ ਬਣ ਜਾਏਗੀ, ਸਾਰੀ ਦੁਨੀਆ ਪੂਜੇਗੀ। ਕਹਿੰਦਾ ਜੀ ਮੇਰੀ ਮੈਨੂੰ ਕੋਈ ਨਹੀਂ ਚਾਹੀਦਾ, ਨਾ ਮੇਰੀ ਕੋਈ ਮਹਿਲ ਮਾੜੀਆਂ ਚਾਹੀਦੇ ਮੈਨੂੰ, ਹੁਣ ਇੱਧਰੋਂ ਵਾੜ ਕੇ ਕੱਢ ਕੇ ਇੱਟਾਂ 'ਚ ਵਾੜੋਗੇ, ਨਾ ਮੈਨੂੰ ਚਾਹੀਦਾ ਕਿ ਮੇਰਾ ਬੜਾ ਨਾਮ ਰੋਸ਼ਨ ਹੋਵੇ ਕੁੱਲ ਦਾ, ਪਰ ਇੱਕੋ ਮੇਰੀ ਮੰਗ ਹੈ ਕਿ ਮੇਰਾ ਸਿਰ ਤੁਹਾਡੇ ਚਰਨਾਂ 'ਤੇ ਹੋਣਾ ਚਾਹੀਦਾ ਹੈ ਅਤੇ ਤੁਹਾਡਾ ਹੱਥ ਮੇਰੇ ਦੇ ਸਿਰ ਉੱਤੇ ਹੋਵੇ। ਇਵੇਂ ਹੀ ਫਿਰ ਮਰਦਾਨੇ ਦੇ ਸਵਾਸ ਨਿਕਲੇ ਅਤੇ ਗੁਰੂ ਸਾਹਿਬ ਇੰਨਾ ਪਿਆਰ ਆਪਣੇ ਪਿਆਰਿਆਂ ਨਾਲ ਨਿਭਾਉਂਦੇ ਹਾਂ। ਜੇ ਅਸੀਂ ਰਾਜ ਨਿਤਨੇਮ ਕਰਦੇ ਹਾਂ ਨਾ ਰੋਜ਼, ਮਹਾਰਾਜ ਨੂੰ ਭੋਗ ਲਵਾਉਂਦੇ ਹਾਂ, ਪ੍ਰਕਾਸ਼ ਕਰਦੇ ਹਾਂ, ਬਿਰਾਜਮਾਨ ਕਰਦੇ ਹਾਂ, ਉਹਨਾਂ ਦੀਆਂ ਸੇਵਾਵਾਂ ਕਰਦੇ ਹਾਂ, ਅਤੇ ਉਹ ਸਾਡੇ ਨਾਲ ਘੱਟ ਨਹੀਂ ਕਰਨਗੇ, ਕਈ ਗੁਣਾ ਵੱਧ ਕਰਨਗੇ। ਜੇ ਅਸੀਂ ਚੱਲ ਚੱਲ ਕੇ ਬਾਬਾ ਜੀ ਦੇ ਘਰ 'ਚ ਆਉਂਦੇ ਹਾਂ ਅਤੇ ਉਹ ਵੀ ਚੱਲ ਚੱਲ ਕੇ ਆਣ ਕੇ ਸਾਡੇ ਕੰਮ ਸਵਾਰਨਗੇ, ਉਹ ਘੱਟ ਨਹੀਂ ਕਰਨਗੇ। ਕਹਿੰਦੇ ਨੇ ਤੂੰ ਇੱਕ ਵਾਰੀ ਆਏਗਾ ਨਾ ਬਾਬਾ ਜੀ ਦੇ ਘਰ 'ਚ, ਬਾਬਾ ਜੀ ਤੇਰੇ ਕੋਲ ਕਰੋੜ ਵਾਰੀ ਜਾਣਗੇ। ਚਰਨ ਸ਼ਰਨ ਗੁਰੇ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਬਾਬਾ ਜੀ ਦੇ ਘਰ ਵੱਲ ਭਾਵਨਾ ਅਤੇ ਸ਼ਰਧਾ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਆਣ ਕੇ ਆ ਕੇ ਤਾਂ ਵੇਖ, ਉਹ ਤੇਰੇ ਵੱਲ ਕਰੋੜ ਵਾਰੀ ਤੇਰੇ ਵੱਲ ਤਿੰਨ ਤੇਰੇ ਯਾਦ ਕੀਤੀਆਂ ਦੇ ਤੇਰੇ ਕੋਲ ਆਉਣਗੇ। ਤੂੰ ਘਬਰਾ ਜਾਂਦਾ ਕਿ ਮੇਰਾ ਹੁਣੇ ਕੰਮ ਹੋਣਾ ਚਾਹੀਦਾ, ਇੰਝ ਹੋਣਾ ਚਾਹੀਦਾ, ਪਰ ਉਹ ਜਿਹੜੀ ਰਜਾ ਨਾਲ ਕਰਦੇ ਆ ਉਹ ਸਭ ਤੋਂ ਵਧੀਆ ਕਰਦੇ ਆ। ਉਹਨਾਂ ਨੂੰ ਕਰਨ ਦੇ ਉਹ ਸਮਝਦਾਰ ਨੇ, ਉਹ ਜਾਣਦੇ ਆ, ਆਪਾਂ ਨੂੰ ਸੋਝੀ ਨਹੀਂ, ਆਪਾਂ ਕਾਹਲੇ ਪੈ ਜਾਂਦੇ ਹਾਂ। ਬਾਬਾ ਜੀ ਕਹਿੰਦੇ 50 ਪਾਠ ਸੁਖਮਣੀ ਦੇ ਜਾਂ 250 ਜਪਜੀ ਸਾਹਿਬ ਜਾਂ 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਜਾਂ 6 ਮਾਲਾ ਰੋਜ਼ ਪਹਿਲੀ ਪੌੜੀ ਦੀਆਂ ਇਹ ਕਰ ਲਓ। ਕੋਈ ਹਿੰਦੂ ਭਰਾ ਰਾਮ ਰਾਮ ਦੀਆਂ 160 ਕਰ ਲਏ। ਕਹਿੰਦੇ ਅਸੀਂ ਜਾਮਣ, ਬਾਬਾ ਆਨੰਦ ਸਿੰਘ, ਅਸੀਂ ਬਾਬਾ ਈਸ਼ਾ ਸਿੰਘ, ਅਸੀਂ ਜਾਮਣ ਕਿ ਤੁਹਾਡੀ ਬਾਂਹ ਗੁਰੂ ਨਾਨਕ ਸਾਹਿਬ ਛੱਡਣਗੇ ਨਹੀਂ। ਆਖੋ ਸੀ ਤੁਸੀਂ ਨਿਤਨੇਮ ਨਾ ਛੱਡਿਓ, ਇਹ ਨਿਤਨੇਮ ਤੁਹਾਡਾ ਟੁੱਟਣਾ ਨਹੀਂ ਚਾਹੀਦਾ। ਤੁਸੀਂ ਨਿਤਨੇਮ ਨਾ ਛੱਡਿਓ, ਜਾਮਣ ਬਾਬਾ ਆਨੰਦ ਸਿੰਘ ਜੀ ਕਹਿੰਦੇ ਆਨੰਦ ਸਿੰਘ ਹੋਵੇਗਾ ਤੁਹਾਡਾ, ਜਾਮਣ ਆਨੰਦ ਸਿੰਘ ਹੋਵੇਗਾ। ਤੁਸੀਂ ਨਿਤਨੇਮ ਨਾ ਛੱਡਿਓ, ਗੁਰੂ ਨਾਨਕ ਤੁਹਾਡੀ ਬਾਣੀ ਛੱਡੇਗਾ, ਕਦੀ ਔਖੀਆਂ ਘੜੀਆਂ ਨਹੀਂ ਆਉਣਗੀਆਂ, ਲੰਘ ਜਾਣਗੀਆਂ ਉਹਦੀ ਮਿਹਰ ਦੇ ਨਾਲ, ਔਖੀਆਂ ਘੜੀਆਂ ਵੀ ਲਗਾ ਦੇਣਗੇ, ਸੌਖੀਆਂ ਕਰਕੇ ਕੱਢ ਦੇਣਗੇ। ਤੂੰ ਬਣ ਕੇ ਤਾਂ ਵੇਖ ਮਾਲਕ ਦਾ, ਓਟ ਲੈ ਤਾਂ ਸੀ ਇਸ ਘਰ ਦੇ, ਟੇਕ ਤਾਂ ਰੱਖ। ਹੁਕਮਨਾਮਾ ਆਇਆ ਸੀ ਦੀਨ ਦਰਦ ਨਿਵਾਰ ਠਾਕਰ, ਉਹ ਬੜਾ ਸਾਡੇ ਗਰੀਬਾਂ ਦੀ ਤਕਲੀਫਾਂ ਦੂਰ ਕਰਦਾ ਹੈ, ਨਿਵਾਰਦਾ ਹੈ।
ਰਾਖੇ ਜਾਨਕੀ ਆਪ ਸੇਵਕਾਂ ਦੀ ਰੱਖਦਾ ਹੈ। ਰਾਖੇ ਜਾਨਕੀ ਆਪ ਤਰਨ ਤਾਰਨ ਹਰ ਨਿਦ ਦੁੱਖ ਨਾ ਸਕੇ ਬਿਆਪ। ਸਾਧੂ ਸੰਗ ਭਜੋ ਗੋਪਾਲ, ਬਾਬਾ ਜੀ ਦੇ ਘਰ ਦੇ ਨਾਲ ਜੁੜ ਕੇ ਤਾਂ ਵੇਖੋ, ਬਣ ਕੇ ਤਾਂ ਵੇਖੋ, ਤੁਹਾਨੂੰ ਦਿਸ ਪਏਗਾ ਇਹ ਦਰਗਾਹ ਹੈ, ਸੱਚਖੰਡ ਹੈ, ਇਹ ਗੁਰੂ ਨਾਨਕ ਦਾ ਘਰ ਹੈ। ਅਤੇ ਗੁਰੂ ਨਾਨਕ ਦੇ ਘਰ ਬਾਬਾ ਜੀ ਦਾ ਇੱਕੋ ਹੁਕਮ ਲੈ ਜਾਓ, ਸਾਰੇ ਹੁਣ ਬਾਹਾਂ ਖੜੀਆਂ ਕਰਨੀਆਂ ਏ ਕਿ ਬਾਬਾ ਜੀ ਕਿਰਪਾ ਕਰੋ, ਸਾਨੂੰ ਇਹ ਬਦਾਤ ਬਖਸ਼ੋ ਕਿ ਜਾਂ ਦੋ ਪਾਠ ਸੁਖਮਣੀ ਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਜਾਂ ਛੇ ਮਾਲਾ ਪਹਿਲੀ ਪੌੜੀ ਦੀਆਂ ਜਪਜੀ ਸਾਹਿਬ ਦੇ, ਜਾਂ ਦਸ ਪਾਠ ਜਾਸੀ ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ, ਇਹ ਕੋਈ ਵੀ ਸਾਡੇ ਕਿਰਪਾ ਕਰ ਦਿਓ ਕਿ ਸਾਡਾ ਨਿਤਨੇਮ ਨਿਭ ਜਾਏ, ਝੋਲੀਆਂ ਭਰ ਦਿਓ। ਬਾਬਾ ਜੀ ਇਹਨਾਂ ਬਾਹਾਂ ਖੜੀਆਂ ਦੀ ਲਾਜ ਰੱਖਣ, ਬਾਹਾਂ ਫੜ ਕੇ ਰੱਖਣ ਸੇਵਕਾਂ ਦੀਆਂ, ਹਰ ਔਖੇ ਸਮੇਂ ਤੋਂ ਬਚਾ ਕੇ ਰੱਖਣ। ਮੇਰੇ ਮਾਲਕ ਨੇ ਲੋਕ ਪਰਲੋਕ ਦੇ ਦਰਗਾਹ ਦੇ ਮਾਲਕ ਨੇ ਸਾਡੇ ਗੁਨਾਹ ਬਖਸ਼ ਲੈਣ। ਅਪਰਾਧ ਬਹੁਤ ਇਹ ਜਨਮਾਂ ਜਨਮਾਂ ਦੇ ਪਿੱਛੇ ਵੀ ਕਰਦੇ ਆਏ ਹਾਂ, ਇਸ ਜਨਮ ਤਾਂ ਸਾਨੂੰ ਪਤਾ ਹੀ ਹੈ ਕਿ ਅਸੀਂ ਬੜੇ ਪਾਪ ਕੀਤੇ ਆ, ਅਤੇ ਅੱਗੇ ਦਾ ਤਾਂ ਸਾਨੂੰ ਪਤਾ ਨਹੀਂ ਕਿੰਨੇ ਕੁ ਸਾਡੇ ਤੋਂ ਹੋਰ ਵੀ ਹੋਣੇ ਆ। ਮਰਦਾਨਾ ਰੋ ਪਿਆ ਗੁਰੂ ਸਾਹਿਬ ਕੋਲ, ਇੱਕ ਵਾਰੀ ਮੈਂ ਸੁਣਾਉਣ ਲੱਗਾ ਸੀ ਗੱਲ, ਫਿਰ ਖਿਆਲ ਇੱਧਰ ਉੱਧਰ ਹੋ ਗਿਆ, ਗੁਰੂ ਨਾਨਕ ਸਾਹਿਬ ਕੋਲ ਰੋ ਪਿਆ ਜਦੋਂ ਕੌਡੇ ਰਾਕਸ਼ ਤੋਂ ਛਡਾ ਕੇ ਲਿਆਏ ਨਾ, ਕੌਡੇ ਰਾਕਸ਼ ਨੂੰ ਵੀ ਤਾਰਤਾ, ਅਤੇ ਮਰਦਾਨਾ ਤਾਂ ਰੋ ਪਿਆ, ਮੈਂ ਜੀ ਕਿੱਥੇ ਬਖਸ਼ਿਆ ਜਾਵਾਂਗਾ ਬਾਬਾ ਜੀ। ਗੁਰੂ ਸਾਹਿਬ ਜੀ ਮੈਂ ਤੁਹਾਨੂੰ ਜਵਾਬ ਦੇਣਾ, ਤੁਹਾਡੇ ਨਾਲ ਉੱਚਾ ਨੀਵਾਂ ਬੋਲ ਜਾਣਾ, ਤੁਸੀਂ ਆਪ ਰੱਬ ਇੱਕ ਨਜ਼ਰ 'ਚ ਮੈਨੂੰ ਉਹ ਤਲ ਕੇ ਖਾਣ ਲੱਗਾ ਸੀ, ਤੁਸੀਂ ਛਡਾ ਲਿਆਏ, ਤੁਸੀਂ ਰਾਕਸ਼ ਨੂੰ ਵੀ ਤਾਰ ਆਏ, ਤੁਹਾਡੀ ਤਾਂ ਨਜ਼ਰ ਬਹੁਤ ਵੱਡੀ ਹੈ। ਮਹਾਰਾਜ ਮੈਂ ਕਿੱਥੇ ਬਖਸ਼ਿਆ ਜਾਵਾਂਗਾ, ਤੁਹਾਡੇ ਅੱਗੇ ਸਵਾਲ ਜਵਾਬ ਕਰਦਾ, ਤੁਹਾਨੂੰ ਛੱਡ ਕੇ ਭੱਜ ਜਾਂਦਾ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਇਹ ਗੱਲ ਕਿਉਂ ਸੋਚਦਾ ਹੈ, ਤੂੰ ਬਖਸ਼ਣ ਦੀ ਜਿਹੜੀ ਗੱਲ ਕਰਦਾ ਹੈ ਨਾ, ਅਸੀਂ ਤਾਂ ਤੈਨੂੰ ਉਦੋਂ ਹੀ ਬਖਸ਼ ਪਹਿਲੋਂ ਹੀ ਬਖਸ਼ ਦਿੱਤਾ, ਐਡਵਾਂਸ ਹੀ ਬਖਸ਼ਦਾ ਆਖੋ, ਤੈਨੂੰ ਬਖਸ਼ ਕੇ ਨਾਲ ਤੋ ਰਿਹਾ ਹੈ, ਤੈਨੂੰ ਅਸੀਂ ਬਖਸ਼ਿਆ ਹੋਇਆ ਹੈ, ਬਖਸ਼ ਕੇ ਨਾਲ ਅਸੀਂ ਆਪਦੇ ਤੋ ਰਿਹਾ ਹੈ, ਹੁਣ ਤੂੰ ਕਹਿੰਦਾ ਮੇਰੇ ਅਪਰਾਧ ਮੇਰੇ ਗੁਨਾਹ ਬਖਸ਼ੇ ਜਾ। ਮਰਦਾਨਿਆ ਲੈ, ਜਦੋਂ ਤੂੰ ਤੈਨੂੰ ਅਸੀਂ ਘਰੋਂ ਲਿਆ ਸੀ ਨਾ ਨਾਲ, ਤੇਰੇ ਸਾਰੇ ਗੁਨਾਹ ਬਖਸ਼ਦੇ ਸੀ, ਤੂੰ ਪਿਛਲੇ ਗੁਨਾਹ ਕਹਿੰਦਾ, ਅਸੀਂ ਤਾਂ ਤੇਰੇ ਅੱਗੇ ਦੇ ਵੀ ਬਖਸ਼ਤੇ, ਅੱਜ ਗਾਂ ਵੀ ਜਿਹੜੇ ਕਰੇਗਾ ਉਹ ਵੀ ਬਖਸ਼ੇ, ਜਿਹੜੇ ਪਿੱਛੇ ਕੀਤੇ ਉਹ ਵੀ ਬਖਸ਼ ਕੇ, ਜਿਸ ਨੂੰ ਬਖਸ਼ ਜਿਹਨੂੰ ਬਖਸ਼ ਹੀ ਲਿਆ ਤੇ ਉਹਦੇ ਫਿਰ ਗੁਨਾਹ ਕਾਹਦੇ, ਜਿਹਨੂੰ ਬਖਸ਼ ਲੈ ਮੇਰੇ ਪਿਆਰੇ। ਸੋ ਜਸ ਤੇਰਾ ਗਾਵੇ ਆਉਂਦਾ ਹੀ ਚਰਨਾ 'ਚ ਹੋਏ, ਸੇਵਾ ਹੀ ਉਹ ਨਿਭਾਉਂਦਾ ਏ, ਡਿਊਟੀਆਂ ਹੀ ਉਹ ਕਰਦਾ ਜਿਹਨੂੰ ਉਹ ਮੇਰਾ ਸਾਈਂ ਬਖਸ਼ ਲਵੇ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ। ਸੋ ਜਸ ਤੇਰਾ ਗਾਵੇ, ਜਿਹਨਾਂ ਨੂੰ ਜਿਹੜੇ ਉਹਨਾਂ ਨੇ ਚਰਨੀ ਲਾਏ ਆ ਨਾ ਸੱਦੇ ਆ, ਜਿਹੜੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਬਣਾਏ ਨੇ, ਇਹ ਸਾਰੇ ਬਖਸ਼ੇ ਹੋਏ ਜੇ, ਇਹ ਸਾਰੇ ਉਹਨਾਂ ਨੇ ਬਖਸ਼ੇ ਹੋਏ ਆ, ਪਹਿਲਾਂ ਹੀ ਬਖਸ਼ ਕੇ ਲਿਆਏ ਨੇ, ਅਤੇ ਹੁਣ ਤਾਂ ਫਿਰ ਗੱਲ ਹੀ ਨਹੀਂ, ਉਹ ਤਾਂ ਫਿਰ ਪੂਰੀਆਂ ਨਿਭਾਉਣਗੇ ਔਖੀਆਂ ਘਟੀਆਂ ਦੇ ਗੁਨਾਹਾਂ ਦੇ, ਉਹ ਤਾਂ ਜੋਗੇ ਵਾਂਗੂ ਕੰਜਰੀਆਂ ਦੇ ਬੂਹੇ 'ਤੇ ਵੀ ਪਹਿਰਾ ਦੇਣ ਚਲੇ ਜਾਂਦੇ ਆ,
ਉਹ ਤਾਂ ਹਰ ਥਾਂ 'ਤੇ ਸਾਡੀ ਲਾਜ ਪੈ ਰੱਖਦੇ ਆ, ਸਾਡੇ ਗਲਤ ਕੰਮਾਂ ਤੋਂ ਸਾਨੂੰ ਬਚਾਉਂਦੇ ਨੇ, ਸਾਡੀ ਰਾਖੀ ਕਰਦੇ ਆ, ਬਖਸ਼ਦੇ ਆ ਸਾਨੂੰ। ਉਹ ਤਾਂ ਸਾਨੂੰ ਬਖਸ਼ਿਆ ਸਾਈ ਨੇ, ਅਤੇ ਬਖਸ਼ੀ ਰੱਖੇ ਦਾਤਾ, ਚਰਨਾਂ ਨਾਲ ਲਾਈ ਰੱਖੇ। ਹੁਣ ਗੁਰਮੁਖ ਪਿਆਰੇ ਸ਼ਬਦ ਪੜ੍ਹਨਗੇ, ਫਿਰ ਕਵਿਤਾ ਵਾਲੇ ਭਾਈ ਆ ਜਾਓ, ਫਿਰ ਉਹਨਾਂ ਨੇ ਕਵਿਤਾ ਲਾਉਣੀ ਹੈ, ਅਤੇ ਸਾਰੇ ਆਪਣੀਆਂ ਆਪਣੀਆਂ ਹਾਜ਼ਰੀਆਂ ਭਰ ਕੇ ਪੂਰੇ 4 ਵਜੇ ਆਸਾ ਦੀ ਵਾਰ ਦੇ ਕੀਰਤਨ ਸ਼ੁਰੂ ਹੋ ਜਾਣੇ ਆ। ਅਤੇ ਬਾਬਾ ਜੀ ਦੇ ਘਰੋਂ ਇਹ ਦਰਗਾਹੀ ਦਾਤਾ ਆ ਲਿਆਓ ਜੀ, ਰਜਿਸਟਰ ਦੇ ਜਿਹੜੇ ਸੰਗਤਾਂ ਪਾਠ ਕਰਦੀਆਂ ਨਾ, ਉਹ ਇੱਥੇ ਰਜਿਸਟਰ 'ਤੇ ਚੜ੍ਹ ਜਾਂਦੀ ਆ। ਬਾਬਾ ਜੀ ਕਹਿੰਦੇ ਸੀ ਜਿਹੜੀ ਜਿੰਦਾ ਪਾਠ ਸਾਡੇ ਰਜਿਸਟਰ 'ਤੇ ਲਿਖਿਆ ਗਿਆ ਨਾ, ਇਹ ਸਾਡਾ ਰਜਿਸਟਰ ਜਿਹੜਾ ਇਹ ਦਰਗਾਹੀ ਹੈ, ਇਹ ਸੱਚਖੰਡ ਦਾ ਹੈ। ਇਹਦੇ 'ਤੇ ਜਿੰਦੇ ਪਾਠ ਲਿਖੇ ਗਏ ਉਹਦੇ ਪਾਠ ਦਰਗਾਹ ਵਿੱਚ ਸਿੱਧੇ ਪਹੁੰਚ ਗਏ, ਨਹੀਂ ਤਾਂ ਜਪ ਤਪ ਕਈ ਵਾਰੀ ਸਫਲ ਨਹੀਂ ਹੁੰਦੇ, ਸੇਵਾ ਸਫਲ ਨਹੀਂ ਹੁੰਦੀ, ਨਾਮ ਜਪਿਆ ਸਫਲ ਨਹੀਂ ਹੁੰਦਾ। ਜਿਵੇਂ ਕਈ ਫਸਲਾਂ ਨੂੰ ਫਲ ਨਹੀਂ ਪੈਂਦੇ ਬੀਜੀਆਂ ਨੂੰ, ਇਵੇਂ ਕਈਆਂ ਦੇ ਪਾਠਾਂ ਦੇ ਸੇਵਾ ਨੂੰ ਫਲ ਨਹੀਂ। ਪਰ ਜਿੰਦਾ ਬਾਬਾ ਜੀ ਦੇ ਘਰ ਵਿੱਚ ਪਾਠ ਆ ਗਏ, ਬਾਬਾ ਆਨੰਦ ਸਿੰਘ ਮਹਾਰਾਜ ਦੇ ਨਾਨਕਸਰ ਦੇ ਰਜਿਸਟਰ 'ਤੇ ਲਿਖੇ ਗਏ, ਉਹਦੇ ਦਰਗਾਹ ਵਿੱਚ ਲਿਖੇ ਗਏ, ਇਹ ਤੁਹਾਡੇ ਪਾਠ ਜਿਹੜੇ ਕਰਕੇ ਲਿਆਉਂਦੇ ਜੇ, ਇਹ ਦਰਗਾਹ ਵਿੱਚ ਲਿਖੇ ਜਾਂਦੇ ਆ। ਅਤੇ ਦਰਗਾਹੀ ਪਾਠਾਂ ਦੀ ਗਿਣਤੀ ਹੈ, ਪਿਛਲੇ ਪਾਠਾਂ ਦੀ ਗਿਣਤੀ 2,67,119 ਜਿਹੜੀ ਸੰਗਤਾਂ ਇੱਥੇ ਦਰਸ਼ਨ ਮੇਲੇ ਕਰਕੇ ਗਈਆਂ ਏ ਅਤੇ ਪਾਠ ਲੈ ਕੇ ਗਈਆਂ ਵੀ ਅਸੀਂ ਕਰਾਂਗੇ ਮਹੀਨਾ ਪਰ, ਉਹਨਾਂ ਦੀ ਗਿਣਤੀ 70,000 ਏ। ਜਿਹੜੇ ਸੰਗਤਾਂ ਵੱਲੋਂ ਪਾਠ ਗਿਣਤੀ ਆਈ ਏ ਇੱਥੇ ਸਟੇਜ 'ਤੇ, ਉਹ 1,231 ਏ। ਕੁੱਲ ਪਾਠਾਂ ਦੀ ਗਿਣਤੀ 3,38,350 ਹੋ ਗਈ ਏ। ਇਸ ਗੁਰੂ ਨਾਨਕ ਸਾਹਿਬ ਦੇ ਨਿਰੰਕਾਰ ਦੇ ਘਰ ਦੀ ਗਿਣਤੀ ਏ, ਸਾਰਿਆਂ ਦੇ ਪਾਠ 'ਤੇ ਪੱਲੇ ਬਣ ਕੇ ਲੈ ਜਾਓ ਕਿ ਅਸੀਂ ਹੁਣ 24 ਘੰਟਿਆਂ 'ਚੋਂ 2.5 ਘੰਟੇ ਗੁਰੂ ਦਾ ਨਾਮ ਜ਼ਰੂਰ ਜਪਣਾ ਹੈ, ਮਾਇਆ ਦਾ 1/10 ਹਿੱਸਾ ਜ਼ਰੂਰ ਕੱਢਣਾ ਹੈ। ਮਾਇਆ ਵਧੇਗੀ, ਦੇਸਾਂ ਪ੍ਰਦੇਸਾਂ 'ਚ ਹੋਰ ਧਨ ਆਏਗਾ, ਤੁਹਾਨੂੰ ਬੀਜਿਆ ਹੋਇਆ ਫਲੀ ਭੂਤ ਹੋਏਗਾ। ਦਸਵੰਧ ਵੀ ਕੱਢੋ ਆਪਣੀ ਕਿਰਤ ਕਮਾਈ 'ਚੋਂ, ਅਤੇ ਸਮੇਂ ਵਿੱਚੋਂ 1/10 ਹਿੱਸਾ 2.5 ਘੰਟੇ, 1.5 ਘੰਟਾ ਸਵੇਰੇ, 1 ਘੰਟਾ ਸ਼ਾਮ ਨੂੰ ਬਹਿ ਜਾ ਕਰੋ ਬਾਬੇ ਕੋਲ, ਬਾਬਾ ਸਾਰੀਆਂ ਤੁਹਾਡੀਆਂ ਜਾਣ ਦੇਵੇਗਾ, ਤੁਹਾਨੂੰ ਕਹਿਣ ਦੀ ਬਿਨਾਂ ਬੋਲਿਆਂ ਜਾਣ ਕਹਿਣ ਦੀ ਲੋੜ ਨਹੀਂ ਪਏਗੀ। ਜਿਹੜਾ ਨਿਤਨੇਮ ਕਰਦਾ ਏ ਸਵੇਰੇ ਸ਼ਾਮ ਦਾ ਪੂਰਾ, ਉਹਨੂੰ ਗੁਰੂ ਅੱਗੇ ਦੁੱਖ ਰੋਣ ਦੀ ਲੋੜ ਹੀ ਨਹੀਂ ਪੈਂਦੀ, ਗੁਰੂ ਸਾਹਿਬਾਂ ਦੇ ਦੁੱਖ ਪਹਿਲਾਂ ਹੀ ਦੂਰ ਕਰ ਦਿੰਦੇ ਆ। ਨਿਤਨੇਮ ਕਰੋ, ਗੁਰੂ ਸਾਹਿਬ ਤੁਹਾਡੀ ਬਾਂਹ ਫੜਨਗੇ ਅਤੇ ਲਾਜ ਪੈਜ ਰੱਖਣਗੇ, ਅਤੇ ਆਪਣੇ ਸੇਵਕਾਂ ਨੂੰ ਇੱਥੇ ਅਤੇ ਉੱਥੇ ਸੰਭਾਲ ਲੈਣਗੇ। ਸਾਰੀਆਂ ਸੰਗਤਾਂ ਨੂੰ ਜੀ ਆਇਆ, ਹੁਣ ਸ਼ਬਦ ਸਰਵਣ ਕਰੋ, ਧਾਰਨਾ ਸਰਵਣ ਕਰੋ ਗੁਰਮੁਖਾਂ ਤੋਂ, ਫਿਰ ਕਵਿਤਾ ਵਾਲੇ ਸਟੇਜ 'ਤੇ ਗੁਰਮੁਖ ਪਿਆਰੇ ਆ ਰਹੇ ਨੇ, ਉਹ ਆਪਣੀਆਂ 10-12 ਮਿੰਟ ਦੀ ਹਾਜ਼ਰੀ ਭਰਨਗੇ। ਸਾਰੀਆਂ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਵਰਤਾ ਦਿਓ ਜੀ, ਕੋਈ ਪ੍ਰਸ਼ਾਦ ਲੈ ਬਗੈਰ ਨਾ ਜਾਵੇ, ਸਾਰੀ ਸੰਗਤ ਵਿੱਚ ਵਰਤੇ। ਹੁਕਮਨਾਮਾ ਗੁਰੂ ਸਾਹਿਬ ਦਾ ਹੋ ਗਿਆ, ਸੰਤਾਂ ਮਹਾਂਪੁਰਸ਼ਾਂ ਸਾਰਿਆਂ ਨੇ ਟਾਈਮ ਲਾ ਲਿਆ, ਸਾਰਿਆਂ ਜਥਿਆਂ ਨੇ ਹੁਕਮਨਾਮਾ ਗੁਰੂ ਸਾਹਿਬ ਦਾ ਹੋ ਗਿਆ ਏ। ਹੁਣ ਦਰਗਾਹੀ ਪ੍ਰਸ਼ਾਦ ਵੀ ਵੰਡਿਆ ਗਿਆ ਏ, ਬਾਬਾ ਜੀ ਹੱਥ ਰੱਖਣ, ਆਪਣੇ ਬਣਾ ਕੇ ਰੱਖਣ,
ਤੇ ਹੁਣ ਕੜਾਹ ਪ੍ਰਸ਼ਾਦ ਦਾ ਕਿਣਕਾ ਲੈ ਜਾਓ, ਬਾਬਾ ਜੀ ਦੇ ਘਰ ਦਾ ਸਾਰੀ ਸੰਗਤ ਵਿੱਚ ਵੰਡਿਓ, ਦੇਗ ਵਰਤਾਉਣ ਵਾਲਿਓ, ਕੋਈ ਰਹਿ ਨਾ ਜਾਵੇ, ਕਿਣਕਾ ਕਿਣਕਾ ਸਭ ਨੂੰ ਮਿਲੇ ਅਤੇ ਸਾਰੇ ਪ੍ਰਸ਼ਾਦ ਲੈ ਕੇ, ਖੁਸ਼ੀਆਂ ਲੈ ਕੇ ਆਪਣਿਆਂ ਘਰਾਂ ਨੂੰ ਜਾਇਓ। ਬਾਬਾ ਜੀ ਤੁਹਾਡਾ ਪੂਰਾ ਸਾਥ ਦੇਣ, ਆਉਂਦੀ ਪੁੰਨਿਆਂ ਨੂੰ ਜ਼ਰੂਰ ਆਇਓ, ਕੋਈ ਜੇ ਤੁਸੀਂ ਨਹੀਂ ਆ ਸਕਦੇ ਤੁਹਾਡੇ ਘਰ ਦਾ ਜੀ ਆ ਜਾਵੇ। ਬਾਬਾ ਜੀ ਨੇ ਛੋੜ ਦਿੱਤੀ ਹੈ ਕਿ ਇੱਕ ਘਰ ਦਾ ਮੈਂਬਰ ਆ ਜਾਵੇ ਤਾਂ ਸਾਰੇ ਘਰ ਦੀ ਹਾਜ਼ਰੀ ਲੱਗਣੀ। ਇੱਥੋਂ ਤੱਕ ਕਹਿੰਦੇ ਸੀ ਸਾਰੇ ਪਿੰਡ ਦੀ ਡਾਲੀ ਆਵੇ, ਪਿੰਡ ਦੀ ਹਾਜ਼ਰੀ ਲੱਗਦੀ ਹੈ। ਤੁਸੀਂ ਇੱਕ ਮੈਂਬਰ ਘਰ 'ਚੋਂ ਜ਼ਰੂਰ ਭੇਜਣਾ ਹੈ ਨਾਨਕਸਰ ਪੂਰਨਮਾਸ਼ੀ 'ਤੇ, ਆਪ ਆ ਜਾਓ ਜਾਂ ਕੋਈ ਵੀ ਆ ਜਾਵੇ, ਬਾਬਾ ਜੀ ਮਿਹਰ ਕਰਨਗੇ, ਕਿਰਪਾ ਕਰਨਗੇ। ਆਉਂਦੀ ਪੁੰਨਿਆਂ ਦੇ ਤੁਹਾਡਾ ਇੱਕ ਮੈਂਬਰ ਜ਼ਰੂਰ ਆਵੇ, ਕੀਤੇ ਹੋਏ ਪਾਠ ਲੈ ਕੇ ਜ਼ਰੂਰ ਆਵੇ। ਬਾਬਾ ਜੀ ਨਹੀਂ ਧਨ ਪਦਾਰਥ ਮੰਗਦੇ, ਮਾਇਆ ਨਹੀਂ ਮੰਗਦੇ, ਕੱਪੜੇ ਨਹੀਂ ਮੰਗਦੇ, ਉਹ ਕਹਿੰਦੇ ਆਉਂਦੀ ਪੂਰਨਮਾਸ਼ੀ ਕੀਤੇ ਹੋਏ ਪਾਠ ਸਾਡੇ ਕੋਲ ਲੈ ਕੇ ਆਈ, ਬਸ ਤੇਰੀਆਂ ਹਾਜ਼ਰੀਆਂ ਲੱਗ ਗਈਆਂ, ਤੇਰੇ 'ਤੇ ਪੂਰੀ ਕਿਰਪਾ ਹੋ ਗਈ। ਉਹ ਨਾਮ ਧਨ ਦੇ ਪੁਜਾਰੀ ਨੇ, ਉਹ ਮਾਇਆ ਦੇ ਪੁਜਾਰੀ ਨਹੀਂ, ਪਦਾਰਥਾਂ ਦੇ ਨਹੀਂ। ਜੇ ਹੁੰਦੇ ਤਾਂ ਗੋਲਕਾ ਲਾ ਲੈਂਦੇ, ਮਾਇਆ ਇਕੱਠੀਆਂ ਕਰ ਲੈਂਦੇ। ਉਹ ਨਾਮ ਦੇ ਵਪਾਰੀ ਬਣੇ, ਨਾਮ ਦੇ ਪੁਜਾਰੀ, ਅਤੇ ਨਾਮ ਦੇ ਪੁਜਾਰੀ ਨੇ। ਪੜ੍ਹ ਲਓ, ਹਰ ਕੇ ਨਾਮ ਕੇ ਵਪਾਰੀ, ਤਾਰਨਾ ਲਾਓ ਨਾਮ ਕੇ ਵਪਾਰ। ਭੁੱਲਾ ਚੁੱਕਾ ਦੀ ਖਿਮਾ ਹੁਣ ਇਹਨਾਂ ਤੋਂ ਸਰਵਣ ਕਰੋ। ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਨਾਲੇ ਪ੍ਰਸ਼ਾਦ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਧੰਨ ਗੁਰੂ ਨਾਨਕ।